ਨਰਿੰਦਰ ਰੇਲ ਪਾਉਣ ਦੇ ਲਈ ਤਿਆਰ ਹੈ। ਫਾਈਨਲ ਮੈਚ ਦਾ ਕਹਿੰਦੇ ਫੈਸਲਾ ਹੋਣਾ, ਇਹ ਮੈਚ ਫਾਈਨਲ ਦਾ ਫੈਸਲਾ ਹੋ ਜਾਣਾ। ਧੰਨਵਾਦ, ਮਿਹਰਬਾਨੀ। ਮੈਚ ਫਾਈਨਲ ਦਾ ਫੈਸਲਾ ਹੋ ਜਾਣਾ, ਕਿਹੜਾ ਜਿੱਤਦਾ ਤੇ ਕਿਹੜਾ ਹਾਰਦਾ ਜੀ, ਕਿਹੜੇ ਗੱਭਰੂ ਨੇ ਕਿਹੜੇ ਦਮ ਪਾਏ, ਕੁਝ ਹੀ ਪਲਾਂ ਚ ਹੋ ਜਾਣੀ। ਧਿਆਨ ਇੱਧਰ ਹੈ ਕੁੱਲ ਸੰਸਾਰ ਦਾ ਜੀ, ਰਾਜੇ ਖੇਲੇ ਵੀ ਕੰਮ ਚੋਂ ਸ਼ਬਦ ਨਿਕਲੇ, ਸੁਖਰਾਜ ਰੋਡੇ ਹੈ ਸੱਚ ਉਚਾਰਦਾ ਜੀ। ਮੇਰੇ ਵੀਰ ਖੜ ਗਏ ਨੇ, ਕੋਈ ਮੇਰਾ ਵੀਰ ਸਟੇਜ ਦੇ ਸਾਹਮਣੇ ਨੀ ਖੜੇਗਾ, ਪਿੱਛੇ ਸਾਡੇ ਮੰਤਰੀ ਸਾਹਿਬ ਐਮ ਐਲ ਏ ਸਾਹਿਬ ਬੈਠੇ ਨੇ, ਬੈਠ ਜਾਓ ਥੱਲੇ, ਜਾਂ ਐ ਨੀ ਹੋ ਜਾਓ ਕੁਰਸੀਆਂ ਤੇ ਬਹਿ ਜਾਓ, ਖੜਨਾ ਨੀ ਕਿਸੇ ਨੇ। ਇੱਕ ਮਿੰਟ ਆ ਸਟੇਜ ਦੇ ਸਾਹਮਣੇ ਬੰਦੇ ਤੇ ਭਾਲੀਏ, ਆ ਥੱਲੇ ਬੈਠ ਜਾਓ ਸਾਰੇ, ਬਹਿ ਜਾਓ ਥੱਲੇ। ਸਕਿਉਰਟੀ ਵਾਲੇ ਸਾਰਿਆਂ ਨੂੰ ਬੇਨਤੀ ਆ, ਕੋਈ ਮੇਰਾ ਵੀਰ ਸਟੇਜ ਦੇ ਸਾਹਮਣੇ ਖੜਾ ਨਾ ਹੋਵੇ। ਲੀਪੇ ਦੀ ਰੇਡ ਪਈ ਹੋਈ ਹੈ ਤੇ ਜਾਫੀ ਚਾਰ ਦੇ ਵਿੱਚ ਕਾਲਾ ਕਹਿੰਦੇ ਵੀ ਹਰੀਗੜ੍ਹ ਕਿੰਗਣ ਦਾ, ਕਾਲਾ ਹਰੀਗੜ੍ਹ ਕਿੰਗਣ ਦਾ ਨਹੀਂ ਰੁਕ ਸਕਿਆ। ਭਾਗਲ ਬਾਰੇ ਕਾਲੇ ਦੀ ਰੇਡ ਪੈਣ ਜਾ ਰਹੀ ਹੈ ਕਿ ਮੁੱਲ ਪੈਣ ਸਰੀਰਾਂ ਦੇ ਜਿਹਨਾਂ ਲਾਈਆਂ ਮੇਲਾ ਜੀ, ਰਵੀ ਨੂੰ ਲਾਈਆਂ ਭਰਿਆ ਮੇਲਾ ਲੁੱਟ ਕੇ ਇਹ ਅੜੀਅਲ ਘੋੜੇ ਨੇ ਕਰ ਹੀ ਜਾਂਦੇ ਨੇ ਮਨਮਾਨੀ। ਔਰ ਰਾਜੇ ਖੇਲੇ ਹੱਟ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ, ਰਾਜੇ ਖੇਲੇ ਹੱਟ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ। ਕਾਲੇ ਸੰਗਿਆਂ ਦੇ ਕੱਪ ਦਾ ਫਾਈਨਲ ਚੱਲ ਰਿਹਾ, ਤਾਂ ਕਹਿੰਦੇ ਰੇਡ ਪਾਉਣ ਦੇ ਲਈ ਨੌਜਵਾਨ ਫੇਰ ਵਾਧਾ ਹੈ। ਦਸ਼ਮੇਸ਼ ਕਬੱਡੀ ਕਲੱਬ ਨਕੋਦਰ ਦਾ ਨੌਜਵਾਨ ਰੇਡ ਪਾ ਰਿਹਾ, ਪਰ ਚਾਰਾਂ ਦੇ ਵਿੱਚੋਂ ਕੌਣ? ਯਾਦੇ ਦਾ ਵੀਰ ਯੋਧਾ ਟਰਾਈ ਕਰ ਰਿਹਾ, ਔਰ ਮੁਕਾਬਲਾ ਸਖਤਾ ਲੱਗਾ ਹੋਇਆ। ਜੋਰ ਔਖਰ ਦੇ ਪੈਰ ਨੰਬਰ ਕਹਿੰਦੇ ਰੇਡਰ ਦਾ, ਆਹ ਦੁਨੀਆ ਭੰਗੜੇ ਪਾ ਰਹੀ ਹੈ। ਰਿਸ਼ੀ ਹਰਿਆਣਾ ਆ ਗਿਆ, ਕਕਰਾਲੀ ਸਾਹਿਬ ਕਰਿਓ ਵੱਲ, ਆਹ ਰਿਸ਼ੀ ਹਰਿਆਣੇ ਵਾਲਾ ਰੇਡ ਪਾਉਣ ਲਈ ਆ ਗਿਆ। ਆਹ ਦੁਨੀਆ ਕਹਿੰਦੇ ਨਜ਼ਾਰਾ ਲੈ ਰਹੀ ਹੈ, ਆਹ ਦੁਨੀਆ ਭੰਗੜੇ ਪਾ ਰਹੀ ਹੈ। ਅੱਜ ਕਾਲੇ ਸੰਘਿਆਂ ਦਾ ਕਬੱਡੀ ਕੱਪ ਹੈ, ਆਹ ਦੁਨੀਆ ਆਨੰਦ ਮਾਣ ਰਹੀ ਹੈ। ਇਹ ਆ ਨੌਜਵਾਨ ਰਿਸ਼ੀ ਪਾਲ, ਹਰਿਆਣੇ ਵਾਲਾ ਰੇਡ ਪਾ ਰਿਹਾ, ਭਾਵੇਂ ਗੱਭਰੂ ਰਿਸ਼ੀ ਪਾਲ ਬੜਾ ਰੇਡ। ਹੈਪੀ ਸੰਘੇ ਵੱਲੋਂ ਰਵੀ ਕਾਲੇ ਸੰਘਿਆਂ ਵਾਲੇ ਦਾ 20,000 ਦੀ ਰਾਸ਼ੀ ਦਾ ਸਨਮਾਨ ਹੋਣ ਜਾ ਰਿਹਾ ਹੈ। ਬੰਟੀ ਖਹਿਰੇ ਨੇ ਰੇਡ ਪਾ ਦਿੱਤੀ ਹੈ, ਬੰਟੀ ਖਹਿਰਿਆਂ ਵਾਲਾ ਰੇਡ ਪਾਉਣ ਦੇ ਲਈ ਵਾਧਾ ਹੋਇਆ। ਚਾਰ ਜਾਫੀ ਤਿਆਰ ਵਰ ਤਿਆਰ, ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ? ਉਹ ਦੁਨੀਆ ਦੇ ਮੰਨੇ ਪਰਮੰਨੇ ਚਾਰੇ ਹੀ ਤਿਆਰ ਨੇ, ਉਹ ਵੱਜਦੇ ਹੋਏ ਧੱਕੇ ਉਖੜਦੇ ਹੋਏ ਪੈਰ, ਉਹ ਕਹਿੰਦੇ ਕਲਸੀਆਂ ਦਾ ਜੌਂਟੀ ਜੱਫਾ ਲਾ ਕੇ ਬੱਲੇ ਬੱਲੇ ਕਰਾ ਗਿਆ। ਤਾਂ ਸੁਰਖਪ੍ਰੀਆ ਸੰਦੀਪ ਆ ਗਿਆ ਕਬੱਡੀ ਦਾ, ਕਹਿੰਦੇ ਮਿਲਣ ਵਾਲੀ ਆ ਸੰਦੀਪ। ਤਾਂ ਸੁਰਖਪ੍ਰੀਆ ਸੰਦੀਪ ਰੇਲ ਪਾਉਣ ਦੇ ਲਈ ਤਿਆਰ ਵਰ ਤਿਆਰ, ਫਾਈਨਲ ਚੱਲ ਰਿਹਾ। ਦੁਨੀਆ ਦਾ ਕਹਿੰਦੇ ਵੱਡਾ ਇਕੱਠ ਹੈ, ਨਾਰਥ ਇੰਡੀਆ ਫੈਡਰੇਸ਼ਨ ਦਾ ਮੈਚ ਚੱਲ ਰਿਹਾ, ਉਹ ਪਈ ਹੋਈ ਰੋਲ ਤੇ ਚਾਰਾਂ ਦੇ ਵਿੱਚੋਂ ਕੌਣ? ਉਹ ਗੱਲ ਮੁਸ਼ਕਲ ਬਣ ਗਈ ਆ, ਉਹ ਗੱਲ ਮੁਸ਼ਕਲ ਬਣ ਗਈ ਆ। ਤੇ ਨੰਬਰ ਜਾਫੀਆਂ ਦਾ, ਉਹ ਨੰਬਰ ਤੇ ਕਹਿੰਦੇ ਜਾਫੀਆਂ ਦੇ ਹਿੱਸੇ ਜਾ ਜਿਹੜਾ, ਉਹ ਨੰਬਰ ਤਾਂ ਕਹਿੰਦੇ ਜਾਫੀਆਂ ਦੇ ਹਿੱਸੇ ਜੁੜ ਗਿਆ। ਅਗਲੀ ਰੇਡ ਪਾਉਣ ਲਈ ਨੌਜਵਾਨ ਅਮਰਪ੍ਰੀਤ, ਇਹ ਹੈ ਘੱਸ ਪਿੰਡ ਵਾਲਾ, ਆਹ ਅਮਰਪ੍ਰੀਤ ਰੇਡ ਪਾ ਰਿਹਾ ਤੇ ਚਾਰ ਜਾਫੀਆਂ ਦੇ ਵਿੱਚ ਜੀਤ, ਆਹ ਬਠਿੰਡੇ ਵਾਲਾ, ਆਹ ਕੋਟਲੀ ਵਾਲਾ, ਆਹ ਕੋਟਲੀ ਵਾਲਾ ਬੱਲੇ ਬੱਲੇ ਕਰਾਊ, ਆਹ ਬੱਲੇ ਬੱਲੇ ਕਰਾਊ, ਆਹ ਬੱਲੇ 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 ਬੱਲੇ, ਆਹ ਬੱਲੇ 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 ਬੱਲੇ, ਆਹ ਮੁੰਡਾ ਭੱਜ ਗਿਆ, ਆਹ ਭੱਜ ਗਿਆ, ਆਹ ਭੱਜ ਗਿਆ, ਆਹ ਭੱਜ ਗਿਆ, ਉਹ ਬਾਈ ਤਾੜੀ ਖੁੱਲ ਕੇ ਮਾਰ ਦੇ।
ਐਨ ਕਹਿੰਦੇ ਸਰਾ ਹੋਇਆ ਪਿਆ ਕਾਲੇ ਸੰਘਿਆਂ ਦੇ ਵਿੱਚ, ਨਾਰਥ ਫੈਡਰੇਸ਼ਨ ਦਾ ਕੱਪ ਚੱਲ ਰਿਹਾ। ਅਮਰ ਕਹਿੰਦੇ ਘਾਸ ਪਿੰਡ ਵਾਲਾ ਰੇਲ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ, ਅਮਰ ਘਾਸ ਦੀ ਰੇਲ ਹੈ। ਉੱਧਰ ਕਹਿੰਦੇ ਨਕੋਦਰ ਦੀ ਖੇਡ ਕਲੱਬ ਦੇ ਚਾਰਾਂ ਜਾਫੀਆਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ। ਉਹ ਸਿੰਘ ਫਸ ਕੇ ਕੁੰਡੀਆਂ ਨੇ ਮਿੱਤਰੋ, ਬਹਿ ਜਾਓ ਗੋਡੀ ਲਾ ਕੇ, ਪਈ ਹੋਈ ਰੇਲ ਅਮਰ ਘਾਸ ਵਾਲੇ ਦੀ ਹੈ, ਪਰ ਚਾਰੇ ਤਿਆਰ ਨੇ। ਉਹ ਚਾਰਾਂ ਦੇ ਵਿੱਚੋਂ ਫੇਰ ਗੱਲ ਮੁਸ਼ਕਿਲ ਬਣ ਗਈ ਆ। ਉਹ ਲੱਗਾ ਹੋਇਆ ਜੋਰ, ਸੱਤੇ ਨੇ ਬੱਲੇ ਬੱਲੇ ਕਰਾ ਦਿੱਤੀ ਹੈ। ਭਾਵੇਂ ਸੱਤਿਆ ਨਹੀਂ ਹੋ ਰਹੀ ਸਰ, ਇੱਕ ਤਕੜਾ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ। ਅਗਲੀ ਰੇਡ ਤੇ ਕਗਰਾ ਨਹੀਂ ਸਭ ਕਰੇ ਗੱਲ। ਸਤਿਗੁਰ ਕਹਿੰਦੇ ਕਾਲੇ ਬੋਲੇ ਵਾਲਾ ਤਕੜਾ ਜੱਫਾ ਲਾ ਗਿਆ, ਪਰ ਅਗਲੀ ਰੇਡ ਪਾਉਣੀ ਮੌੜੀ ਵਾਲਾ ਜੱਗੀ ਫਿਰ ਮੈਦਾਨ ਦੇ ਵਿੱਚ ਆ ਗਿਆ। ਇਹ ਹੈ ਮੌੜੀ ਵਾਲਾ ਜੱਗੀ, ਪਰ ਚਾਰ ਨੌਜਵਾਨ ਨੇ, ਚਾਰ ਗਰਮੂ ਨੇ, ਦੁਆਬਾ ਪਾਰੀ ਸੁਰਖਪੁਰ ਦੇ, ਜਸਵਿੰਦਰ ਸ਼ੋਕਰ ਦੀ ਟੀਮ ਹੈ, ਲਾਲੀ ਢੇਸੀ ਦੀ ਟੀਮ ਹੈ, ਕਾਲਾ ਹੈ ਹਰੀਗੜ੍ਹ ਕਿੰਗਰ ਦਾ, ਕਾਲਾ ਹਰੀਗੜ੍ਹ ਕਿੰਗਰ ਦਾ ਨਾਲ ਕਹਿੰਦੇ ਬਲਵੀਰ ਰਾਏ ਦਾ, ਜਸਵੰਤ ਬਲ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਰਜੀਤ ਢੰਡੇ ਦੀ ਟੀਮ ਹੈ, ਜਿਹੜੇ 24 ਫਰਵਰੀ ਨੂੰ ਢੰਡਿਆਂ ਦੇ ਵੱਡੇ ਕਬੱਡੀ ਕੱਪ ਲਈ ਆਪ ਸਭ ਨੂੰ ਸੱਦਾ ਪੱਤਰ ਦੇ ਰਹੇ ਹੈ। ਨਿੰਦਰ ਕਹਿੰਦੇ ਡਿਓਲੇ ਵਾਲਾ, ਨਿੰਦਰ ਡਿਓਲੇ ਵਾਲਾ ਰੇਡ ਪਾ ਰਿਹਾ ਹੈ। ਦੂਜੇ ਪਾਸੇ ਬਿੱਲਾ, ਟੋਡਿਆਂ ਵਾਲਾ ਬਿੱਲਾ, ਬਿੱਲਾ ਬਿੱਲਾ, ਮੁੰਡਾ ਭੱਜ ਗਿਆ, ਮੁੰਡਾ ਭੱਜ ਗਿਆ ਤੇ ਪੁਆਇੰਟ ਆਪਣੀ ਟੀਮ ਦੇ ਸਜੋੜ ਗਿਆ। ਅਗਲੀ ਰੇਡ ਸੁਖਰਾਜ ਕਰੂ ਗੱਲ। ਲਓ ਕਹਿੰਦੇ ਲਿੱਤਰਾਂ ਵਾਲਾ ਦੀਪਾ ਰੇਡ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ। ਫਾਈਨਲ ਮੈਚ ਚੱਲ ਰਿਹਾ, ਸਿਰੇ ਵੀ ਟੱਕਰ ਹੈ। ਲਓ ਦੇਖਾਂਗੇ ਵੀ ਦੁਆਬਾ ਵਾਰੀਅਰ ਦੇ ਚਾਰਾਂ ਦੇ ਵਿੱਚੋਂ ਕੌਣ, ਇੱਕ ਪਾਸੇ ਕਹਿੰਦੇ ਕੋਟਲੀ ਵਾਲਾ ਜੀਤ ਲੱਗਾ ਹੈ, ਕਾਲਾ ਹਰੀਗੜ ਕਿੰਗਣ ਵਾਲਾ, ਨਾਲ ਕਹਿੰਦੇ ਸੁਖਪ੍ਰੀਆ ਜੋਧਾ ਲੱਗਾ ਹੈ। ਦੀਪਾ ਤੇ ਜੋਧਾ, ਇੱਕ ਦਾ ਸੁਖਪੁਰ ਪਿੰਡ ਹੈ, ਦੂਜਾ ਲਿੱਤਰਾਂ ਵਾਲਾ। ਧੱਕੇ ਵੱਜਦੇ ਹੋ ਉੱਖੜ ਦੇ ਪੈਰ ਤੇ ਨੰਬਰ ਜਾਫੀਆਂ ਦੇ ਉਸੇ ਜਾ ਜਿਹੜਾ ਹੈ ਪੁਆਇੰਟ ਕਹਿੰਦੇ ਦੁਆਬਾ ਵਾਰੀਅਰ ਦੀ ਟੀਮ ਦਾ। ਕਹਿੰਦੇ ਜਸਵੰਤ ਬਲ ਹੋਣਾ ਦੀ ਟੀਮ ਹੈ, ਜਸਵਿੰਦਰ ਸ਼ੋਕਰ ਹੋਣੀ, ਪ੍ਰਵੀਰ ਰਾਏ ਹੋਣੀ, ਲਾਲੀ ਢੇਸੀ ਹੋਣੀ, ਹਰਮਨ ਜਾਦਾ ਕਹਿੰਦਾ ਵੱਡਾ ਸਨਮਾਨ ਢੰਡਿਆਂ ਦੇ ਕਬੱਡੀ ਕੱਪ ਤੇ ਜਾਦੇ ਦਾ ਵੱਡਾ ਸਨਮਾਨ ਹੋਵੇਗਾ, ਪਰ ਕਾਲਾ ਭਾਗਲ ਵਾਲਾ ਤਕੜੇ ਪੈਣ ਦਾ ਵਾਅਦਾ ਆਪਣੀ ਟੀਮ ਦੇ ਹਿੱਸੇ ਕਰ ਗਿਆ। ਅਗਲੀ ਰੇਡ ਪਾਉਣ ਲਈ ਟੀਮਾਂ ਸੰਘੈਣ ਪਿੰਡ ਹੈ, ਮਲੇਰ ਕੋਟਲੀਆਂ ਮੁੰਡਾ ਜਿਹੜੇ ਸੰਗਰੂਰ ਦਾ ਰੇਡ ਪਾ ਰਿਹਾ ਹੈ, ਇਹ ਹੈ ਸੰਘੈਣ ਵਾਲਾ ਟੀਮਾਂ। ਚਾਰ ਜਾਂ ਫਿਰ ਤਿਆਰ ਬਰ ਤਿਆਰ ਨੇ, ਹਰੀਗੜ੍ਹ ਕਿੰਗਣ ਦਾ ਕਾਲਾ ਏ, ਬੇਅੰਤ ਵਰਗੇ ਉਹਦੇ ਸਾਥੀ ਤਿਆਰ ਨੇ, ਮੁੰਡਾ ਚੀਮਾ ਭੱਜ ਤੁਰਿਆ, ਭੱਜ ਤੁਰਿਆ, ਭੱਜ ਤੁਰਿਆ, ਬੱਲੇ ਨੰਬਰ ਕਹਿੰਦੇ ਰੇਡਰ ਦਾ ਦੁਨੀਆਂ ਨਜ਼ਾਰੇ ਲੜ ਰਹੀ ਹੈ। ਇੱਧਰ ਕਹਿੰਦੇ ਹਰਿੰਦਰ ਕੈਦੀ ਕੈਦੀ ਹੋਣਾ ਦੀ ਟੀਮ ਖੇਡ ਰਹੀ ਹੈ, ਆਸਟ੍ਰੇਲੀਆ ਦੇ ਚਮਕੀਲੇ ਦੀ ਟੀਮ ਖੇਡ ਰਹੀ ਹੈ, ਪਰ ਰਿਸ਼ੀ ਕਹਿੰਦੇ ਮੁੰਡਾ ਹਰਿਆਣੇ ਵਾਲਾ। ਉੱਧਰ ਪਾਲੀ ਅਟਵਾਲ ਹੋਣਾ ਦੀ ਟੀਮ ਖੇਡ ਰਹੀ ਹੈ, ਐਂਡ ਥੰਮ ਪ੍ਰਮੋਟਰ ਆ ਇਸ ਟੀਮ ਦੇ। ਉਹ ਸਾਹਮਣੇ ਪਈ ਹੋਈ ਰੇਡ ਚਾਰਾਂ ਦੇ ਵਿੱਚੋਂ ਕੌਣ, ਪਰ ਟੱਚ ਡਬਲ ਹੋ ਗਿਆ, ਨੰਬਰ ਕਹਿੰਦੇ ਰੇਡਰ ਦਾ ਰਿਸ਼ੀ ਹਰਿਆਣੇ ਵਾਲਾ, ਤਕੜਾ ਨੰਬਰ ਮਿਲ ਗਿਆ। ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਬੰਟੀ ਕਹਿੰਦੇ ਖੈਰਿਆਂ ਵਾਲਾ ਆ ਗਿਆ, ਇਹ ਆ ਅਮਰਜੀਤ ਕਾਕੇ DSP ਦਾ ਪਿੰਡ, ਜਿੱਥੋਂ ਦੇ ਪੱਪੀ ਨੇ ਤਕੜੀ ਕਬੱਡੀ ਖੇਡੀ, ਪੰਤ ਨੇ, ਕਾਕੇ ਨੇ, MP ਨੇ ਚਰਚੇ ਕਰਵਾਏ ਨੇ ਦੁਨੀਆਂ ਦੇ ਵਿੱਚ। ਖੈਰਿਆਂ ਵਾਲਾ ਬੰਟੀ ਰੇਡ ਪਾ ਰਹੇ ਹੈ, ਇਹ ਹੈ ਬੰਟੀ ਖੈਰਿਆਂ ਵਾਲਾ, ਹਰਜੀਤ ਚਹਿਲਾਂ ਦਾ ਸਿਕੰਦਰੂ ਖਿਡਾਰੀ, ਰੇਡ ਪਾ ਕੇ ਤਕੜਾ ਪੁਆਇੰਟ ਇਸ ਸਮੇਂ ਆਪਣੀ ਟੀਮ ਦੇ ਸਜੋੜ ਗਿਆ। ਜੈਤੋ ਸਰਜੇ ਵਾਲਾ ਬਿੱਲਾ ਤਿਆਰ ਹੈ, ਪਰ ਕਬੱਡੀ ਕੋਚ ਦਵਿੰਦਰ ਦਾ ਜਿਹੜਾ ਹੈ ਉਹ ਗੁਰਾਇਆਂ ਦੇ ਕਬੱਡੀ ਕੱਪ ਤੇ ਅੱਟੇਵਾਰੀ ਦੀ ਗਰਾਊਂਡ ਦੇ ਵਿੱਚ 3 ਮਾਰਚ ਨੂੰ ਵੱਡਾ ਮਾਨ ਸਨਮਾਨ ਜਿਹੜਾ ਹੈ ਉਹ ਕਿੰਗ ਸਪੋਰਟਸ ਕਲੱਬ ਸੈਕਰਾਮੈਂਟੋ ਵਾਲੇ ਬਲਜੀਤ ਸਿੰਘ ਵਾਸੀ ਉਹਨਾਂ ਵੱਲੋਂ, ਨਾਲ ਬੂਟਾ ਢਿੱਲੋਂ
ਬੂਟਾ ਲੋਧੀ ਆਓ ਗੁਰਮੁਖ ਸੰਧੂ ਨਾਲ ਸੁਖੀ ਸੇਖੋਂ ਜੀ ਕਿੰਦੂ ਰਮੇਦੀ ਉਹਨਾਂ ਦੇ ਵੱਲੋਂ ਇਹ ਵੱਡੇ ਮਾਸਮਾਰ ਕੀਤੇ ਜਾਣਗੇ। ਪਰ ਕੱਲ੍ਹ ਦਾ ਦਿਨ ਜਿਹੜਾ ਉਹ ਸਰਾਣੀ ਦੇ ਵਿੱਚ ਬਲਜਿੰਦਰ ਬਾਸੀ ਉਹਨਾਂ ਦੇ ਕਬੱਡੀ ਕੱਪ ਦੀ ਤਰੀਕ ਹੈ ਔਰ 19 ਤਰੀਕ ਨਿਹਾਲ ਸਿੰਘ ਵਾਲੇ ਦੇ ਵਿੱਚ ਜੈਲਾਬਾਈ ਧੂਰਕੋਟ। ਹਕੀਕਤ ਸਿੰਘ ਜੀ ਬੇਨਤੀ ਕੀਤੀ ਸੀ ਬੱਚਿਆਂ ਨੂੰ ਲੇਟ ਹੁੰਦੀਆਂ ਨੇ ਇਹਨਾਂ ਨੂੰ ਜਿਹੜੀ ਟਰਾਫੀ ਜਾਂ ਪੈਸੇ ਦੇਣੇ ਆ ਇਨਾਮ ਉਹ ਦੇ ਦਿਓ। ਲਾਲੀ ਜੀ ਕਿੱਥੇ ਨੇ? ਚੇਅਰਮੈਨ ਸਾਹਿਬ ਬੇਟੇ ਚਲੋ ਦੋਵੇਂ ਟੀਮ ਉਹ ਬਾਅਦ ਚ ਕਰ ਲਈ ਪੁੱਤਰ ਹੁਣ ਲਓ ਆਰਾਮ ਦੇ ਪਲ ਤੋਂ ਬਾਅਦ ਮੈਚ ਫੇਰ ਸ਼ੁਰੂ ਹੋਣ ਜਾ ਰਿਹਾ ਹੈ। ਲਓ ਕਹਿੰਦੇ ਸੁਰਖਪ੍ਰੀਏ ਸੰਦੀਪ ਨੇ ਰੇਡ ਪਾ ਦਿੱਤੀ ਹੈ, ਫਾਈਨਲ ਮੈਚ ਚੱਲ ਰਿਹਾ। ਕਹਿੰਦੇ ਐਨ ਸਿਰੇ ਦੀ ਟੱਕਰ ਹੈ, ਦੋਨੇ ਟੀਮਾਂ ਵੱਡੇ ਬਲਡ ਵੀ ਹੈ, ਦੋਨੇ ਟੀਮਾਂ ਦੇ ਵਿੱਚ ਕਹਿੰਦੇ ਕਬੱਡੀ ਦੇ ਵੱਡੇ ਸਟਾਰ ਖੇਡ ਰਹੇ ਹੈ। ਲਓ ਸਾਹਮਣੇ ਪਈ ਹੋਈ ਰੇਡ, ਲਓ ਮੁਕਾਬਲਾ ਸਖਤ ਹੈ। ਸੁਰਖਪ੍ਰੀਆ ਸੰਦੀਪ ਵੀ ਵੱਡਾ ਸਟਾਰ ਹੈ ਪਰ ਦੂਜੇ ਪਾਸੇ ਜਾਫੀ ਦਾ ਵੀ ਨਾਂ ਚੱਲਦਾ ਹੈ, ਪਰ ਜਿਹੜਾ ਨੰਬਰ ਹੈ ਉਹ ਰੇਡਰ ਦੇ ਉਸੇ ਦਾ ਜਿਹੜਾ ਹੈ। ਅਗਲੀ ਰੇਡ ਅਗਲੀ ਰੇਡ ਪਾਉਣ ਲਈ ਬੱਬੂ ਦਾ ਕਹਿੰਦੇ ਸ਼ਾਹਪੁਰ ਪੈਂਦਾ ਹੈ। ਆਹ ਸ਼ਾਹਪੁਰ ਹੀ ਆ ਬੱਬੂ ਸਿੰਘ ਨੌਜਵਾਨ ਰੇਡ ਪਾ ਰਹੇ ਹੈ। ਚਾਰ ਜਾਂ ਫਿਰ ਤਿਆਰ ਪਰ ਤਿਆਰ ਨੇ। ਆਹ ਚਾਰਾਂ ਦੇ ਵਿੱਚ ਕੌਣ? ਆਹ ਕੌਣ ਮਾਂਦਾ ਬੱਬਰ ਸ਼ੇਰ ਪੁੱਤ? ਕਬੱਡੀ ਕੋਚ ਦਵਿੰਦਰ ਨੇ ਐਲਾਨ ਕਰ ਦਿੱਤਾ ਹੈ ਵੀ ਡਬਲ ਟੱਚ ਦੇ ਨਾਲ ਪੁਆਇੰਟ ਧਾਵੀ ਦਾ ਹੈ ਕਿ ਜਿੰਨਾ ਚਿਰ ਪੈਂਦੇ ਨੇ ਕਬੱਡੀ ਚ ਪਟਾਕੇ ਆਹ ਉਨਾ ਚਿਰ ਆਉਂਦਾ ਨੀ ਸਵਾਦ ਮਿੱਤਰੋ। ਆਹ ਰਾਜੇ ਖੇਲੇ ਜਦੋਂ ਵੱਡੇ ਵੱਡੇ ਮੱਲ ਭਿੜਦੇ ਫਿਰ ਦੂਰ ਦੂਰ ਸੁਣਦੀ ਆਵਾਜ਼ ਮਿੱਤਰੋ, ਫਿਰ ਦੂਰ ਦੂਰ ਸੁਣਦੀ ਆਵਾਜ਼ ਮਿੱਤਰੋ। ਅੱਜ ਦੂਰ ਦੂਰ ਤੱਕ ਆਵਾਜ਼ ਸੁਣ ਰਹੀ ਹੈ, ਆਹ ਪਟਾਕੇ ਪੈ ਰਹੇ ਹੈ। ਹੁੰਡਾ ਕਹਿੰਦੇ ਅਮਰਪ੍ਰੀਤ ਕਸ ਵਾਲਾ, ਕਸ ਵਾਲਾ ਉਧਰ ਦੇ ਨਾਲ ਟਕਰਾਲੀ ਸਾਹਿਬ ਸਾਡੇ ਅੱਜ ਦੇ ਟੂਰਨਾਮੈਂਟ ਦੇ ਮੇਨ ਆਰਗੇਨਾਈਜ਼ਰ ਪੱਪੂ ਪੰਛੀ ਵੀ ਉਹਨਾਂ ਵੱਲੋਂ ਐਲਾਨ ਹੋ ਗਿਆ ਵੀ ਸੁਰਖਪੁਰੀ ਸੰਦੀਪ ਦੀਆਂ ਪੰਜ ਰੇਡਾਂ 25,000 ਦੀਆਂ ਪੈਣਗੀਆਂ। ਪੰਜ ਰੇਡਾਂ 25,000 ਦੀਆਂ ਪੈਂਦੀ ਹੋਈ ਰੇਡ ਤੇ ਕਰਿਓ ਗੱਲ। ਉਹ 25,000 ਲੱਗ ਗਿਆ ਕਾਲੇ ਸੰਗਿਆਂ ਵਾਲਿਓ, ਉਹ ਤਾੜੀ ਜ਼ੋਰ ਨਾਲ ਮਾਰ ਦਿਓ। ਆ ਦੁਨੀਆ ਲਲਕਾਰੇ ਮਾਰੀ ਵੀ 25,000, ਆਹ 25,000 ਲੱਗ ਗਿਆ ਪਰ ਜੱਗੀ ਮੌੜੀ ਵਾਲਾ ਜੋਧੇ ਕੋਲੋਂ ਭੱਜ ਗਿਆ। ਗੁਰਦੇਵ ਪੱਪੂ ਪੰਛੀ ਨੇ ਸੰਦੀਪ ਸੁਰਖਪ੍ਰੀਤ ਦੀਆਂ ਪੰਜ ਰੇਡਾਂ ਤੇ 25,000 ਦਾ ਐਲਾਨ ਕਰ ਦਿੱਤਾ ਹੈ। ਨਰਿੰਦਰ ਡੋਲੇ ਵਾਲਾ ਮੈਂ ਡੋਲੇ ਵਾਲਾ ਕਹਿੰਦੇ ਨਰਿੰਦਰ ਰੇਡ ਪਾਉਣ ਦੇ ਲਈ ਵਾਧਾ ਹੋਇਆ। ਪੱਪੂ ਪੰਛੀ ਜੀ ਉਹਨਾਂ ਵੱਲੋਂ ਕਹਿੰਦੇ ਸੁਰਖਪ੍ਰੀਏ ਸੰਦੀਪ ਦੀਆਂ ਪੰਜ ਰੇਡਾਂ ਤੇ 25,000 ਲੱਗ ਗਿਆ। ਹੁਣ ਦੇਖਣਾ ਇਹ ਹੋਵੇਗਾ ਵੀ ਮੁੰਡਾ ਨੌਨ ਸਟਾਪ ਰਹਿੰਦਾ ਤੇ ਜਾਂ ਫਿਰ ਕੋਈ ਜਾਫੀ ਜੱਫਾ ਲਾ ਕੇ 25,000 ਦਾ ਜੇਤੂ ਬਣੇਗਾ ਇਹਦੇ ਗਰਾਊਂਡ ਚ ਪਤਾ ਲੱਗਣਾ। ਤਾਂ ਕਹਿੰਦੇ ਰੇਡ ਪਾਉਣ ਦੇ ਲਈ ਲਿੱਤਰਾਂ ਵਾਲਾ ਦੀਪਾ ਵਾਧਾ ਹੋਇਆ। ਚਾਰ ਨੇ, ਚਾਰੇ ਤਿਆਰ ਨੇ। ਹੁਣ ਦੁਆਬਾ ਵਾਰੀਅਰ ਦੀ ਟੀਮ ਖੇਡ ਰਹੀ ਹੈ। ਸੁਖਰਾਜ ਮੂਹ ਸਪਰੇ ਜਿਹੜੀ ਗਰਾਊਂਡ ਦੇ ਵਿੱਚ ਪੁੱਜਦੀ ਕਰ ਦਿਓ, ਮੂਵ ਸਪਰੇ ਗਰਾਊਂਡ ਦੇ ਵਿੱਚ ਪੁੱਜਦੀ ਕਰ ਦਿਓ, ਮਿਹਰਬਾਨੀ ਹੋਵੇਗੀ। ਆਹ ਲਿੱਤਰਾਂ ਵਾਲਾ ਦੀਪਾ ਰੇਡ ਪਾ ਰਿਹਾ ਜਾਂ ਫਿਰ ਚਾਰ। ਆਹ ਸੁਖਬਰ ਦੇ ਤਿਆਰ ਪਰ ਤਿਆਰ ਉੱਠੋ ਨੌਜਵਾਨਾਂ। ਆਹ ਛਾਪੇ ਵਾਲਾ ਬੇਅੰਤ ਨਹੀਂ ਰੁਕ ਸਕਿਆ ਇਸ ਨੌਜਵਾਨ ਨੂੰ। ਉਧਰ ਕਹਿੰਦੇ ਦਸ਼ਮੇਸ਼ ਕਬੱਡੀ ਕਲੱਬ ਨਕੋਦਰ ਨੇ ਸੁਰਿੰਦਰ ਸਿੰਘ ਜੀ ਸੋਤਾ, USA ਪਾਲੀ ਅਟਵਾਲ, ਹਰਜਿੰਦਰ ਸਿੰਘ ਜੀ ਚਮਕੀਲਾ ਸੀਰੀਆ, ਦਜੀਤ ਸਿੰਘ ਜੀ ਬਿਰਕ, ਆਹ ਕੁਲਦੀਪ ਵਾਸੀ ਮਨਜਿੰਦਰ ਵਾਸੀ ਤੇ ਜੋਗਿੰਦਰ ਸਿੰਘ ਜੀ ਯੂਕੇ ਮੇਨ ਸਪੋਂਸਰਾਂ ਦੇ ਵਿੱਚੋਂ ਵੱਡਾ ਨਾਂ ਏ। ਪਰ ਕਾਲਾ ਭਾਗਲ ਵਾਲਾ ਰੇਟ ਪਾ ਕੇ ਅਗਲਾ ਪੁਆਇੰਟ ਜੋੜ ਗਿਆ। ਆਹ ਰੇਟ ਪਾਉਣ ਲਈ ਚੀਮਾ ਆ ਗਿਆ, ਚੀਮਾ ਆ ਗਿਆ ਨਵੀਂ ਸੁਖਰਾਜ, ਆਹ ਚੀਮਾ ਆ ਗਿਆ ਰੇਟ ਪਾਉਣ ਲਈ। ਉੱਧਰ
ਬੂਟਾ ਲੋਧੀ ਲਿਆ ਦੇ ਵੀ ਪੱਪੂ ਪੰਛੀ ਲਿਆ ਦੇ 25 ਲਾ ਦਾ ਤੇ 10,000 ਵਿੱਚ ਮੇਰਾ ਪਾਵੇ 35,000 ਦੀਆਂ ਰੇਡਾਂ ਪੈਣਗੀਆਂ ਸੁਰਖਪੁਰੀਏ ਦੀਆਂ 35,000 ਦੀਆਂ ਰੇਡਾਂ ਪੈਣਗੀਆਂ ਤਾਂ ਉਹ ਰੇਡ ਪਈ ਹੋਈ ਹੈ ਕਹਿੰਦੇ ਰਿਸ਼ੀ ਹਰਿਆਣੇ ਵਾਲਾ ਹੁਣ ਚਾਰ ਨੇ ਚਾਰੇ ਤਿਆਰ ਨੇ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਤਾਂ ਉਹ ਕਹਿੰਦੇ ਫਾਈਨਲ ਚੱਲ ਰਿਹਾ ਦੁਨੀਆਂ ਦੇ ਵੱਡੇ ਸਟਾਰ ਕਕਰਾਨੀ ਸਾਹਿਬ ਕਰੋ ਗੱਲ ਆ ਬਲਵੀਰ ਬਿੱਟੂ ਨੇ ਐਲਾਨ ਕਰ ਦਿੱਤਾ ਵੀ ਅੱਜ ਦੇ ਇਸ ਕਬੱਡੀ ਕੱਪ ਦਾ 51,000 ਉਹ ਬੈਸਟਾਂ ਨੂੰ ਦਿੱਤਾ ਜਾਣਾ ਪਰ ਉਹ ਕਹਿੰਦੇ ਟੈਸਟਾਂ ਤੋਂ ਬਾਅਦ ਦਿੱਤਾ ਜਾਣਾ ਹੈ ਉਹ ਟੈਸਟਾਂ ਤੋਂ ਬਾਅਦ ਦਿੱਤਾ ਜਾਣਾ ਹੈ ਬਲਵੀਰ ਬਿੱਟੂ ਜੀ ਆਵਾਜ਼ ਸੁਣਦੇ ਹੋਣ ਤਾਂ ਪ੍ਰਬੰਧਕ ਵੀਰ ਉਹਨੂੰ ਮੇਰੇ ਲਾਗੇ ਚੇਤੇ ਕਰਦੇ ਆ ਪਲੀਜ਼ ਜ਼ਰੂਰ ਆ ਜਾਣਗੇ ਔਰ ਰੇਡ ਪਾਉਣ ਲਈ ਮੁੰਡਾ ਫਿਰ ਬੰਟੀ ਖਹਿਰਿਆਂ ਵਾਲਾ ਜ਼ਿਲ੍ਹੇ ਲੁਧਿਆਣੇ ਦਾ ਕਿ ਮੁੱਛ ਪੁੱਟ ਗੱਭਰੂ ਨੇ ਸੋਹਣੇ ਸ਼ਹਿਰ ਪਟਿਆਲੇ ਦੇ ਪਰ ਮੁੰਡਾ ਲੁਧਿਆਣੇ ਵਾਲਾ ਔਰ ਰੇਡ ਪਾਉਣ ਲਈ ਵਧਿਆ ਹੋਇਆ ਉੱਧਰ ਬੂਟਾ ਸਿੰਘ ਲੋਧੀ ਨੇ ਐਲਾਨ ਕੀਤਾ ਹੋਇਆ ਉਹ ਬੱਲੇ ਬੱਲੇ ਹੋ ਗਈ ਬੱਲੇ ਬੱਲੇ ਹੋ ਗਈ ਤੇ ਪੁਆਇੰਟ ਢਾਵੀ ਦਾ ਲਓ ਕਹਿੰਦੇ 35,000 ਦੀ ਪਹਿਲੀ ਰੇਡ ਪਾ ਰਹੀ ਹੈ 35,000 ਦੀ ਪਹਿਲੀ ਰੇਡ ਉਹ ਬਾਈ ਲਲਕਾਰਾ ਮਾਰ ਕੇ ਦੱਸਿਓ ਸਰੇ ਦਾ ਮੈਚ ਚੱਲ ਰਿਹਾ ਤਾਂ 35,000 ਲੱਗਾ ਹੋਇਆ 25,000 ਕਹਿੰਦੇ ਪੱਪੂ ਪੰਛੀ ਜੀ ਤੇ 10,000 ਬੂਟਾ ਲੋਧੀ ਜੀ ਲਓ ਪਹਿਲੀ ਰੇਡ ਉਹ ਬੱਲੇ 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 41,000 ਹੋ ਗਿਆ 6,000 ਕਹਿੰਦੇ ਸਾਡੇ ਪੰਮੇ ਸੈਕਰਾਮੈਂਟੋ ਨੇ ਪਾਤਾ 41,000 ਤਿੰਨ ਭਾਜੀ ਮੱਖਣ ਦਾ ਵੀ ਵਿੱਚ ਪਾ ਲੋ ਤੇ ਕਿੰਨੇ ਹੋ ਗਏ ਕਿੰਨੇ ਪਾਤੇ ਕੋਛੜ ਸਾਹਿਬ 2,000 43,000 ਹੋ ਗਿਆ ਜੀ ਕਿੰਨਾ 45,000 ਹੋ ਗਿਆ 43,000 ਪਰ ਰੇਡ ਅਮਰਪ੍ਰੀਤ ਘਸ ਵਾਲਾ ਰੇਡ ਪਾਉਣੀ ਵਧਿਆ ਹੋਇਆ ਜਾਫੀ ਚਾਰ ਨੇ ਸੱਤ ਗੁਰ ਹੈ ਉਹ ਬਿੱਲਾ ਏ ਭਾਊ ਹੈ ਨਾਲ ਕਹਿੰਦੇ ਚਹਿਲਾਂ ਵਾਲਾ ਹਰਜੀਤ ਹੈ ਉਹ ਚਹਿਲਾਂ ਵਾਲਾ ਹਰਜੀਤ ਹੈ ਜਾਫੀ ਚਾਰ ਦੇ ਵਿੱਚ ਆ ਢੋਡਿਆਂ ਵਾਲੇ ਬਿੱਲੇ ਨੇ ਗੁੱਟ ਫੜਿਆ ਫਿਰ ਖੁੱਚ ਪੱਟਣ ਦਾ ਯਤਨ ਕੀਤਾ ਹੈ ਪਰ ਪੁਆਇੰਟ ਧਾਵੀ ਦਾ ਉਹ ਚੀਮਿਆ ਚੀਮਾ ਆ ਗਿਆ ਰੇਡ ਪਾਉਣੀ ਸੁਖਰੇਜ ਕਰ ਗੱਲ ਲਓ ਕਹਿੰਦੇ ਚੀਨਾ ਸਿਆਣ ਪਿੰਡ ਵਾਲਾ ਰੇਡ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਕਾਲੇ ਸੰਗਿਆ ਦਾ ਮੇਲਾ ਦੁਨੀਆਂ ਦੇ ਵੱਡੇ ਸਟਾਰਾਂ ਦਾ ਪਿੰਡ ਹੈ ਤੇ ਵੱਡਾ ਫਾਈਨਲ ਚੱਲ ਰਿਹਾ ਹੈ ਨਾਰਥ ਇੰਡੀਆ ਫੈਡਰੇਸ਼ਨ ਦਾ ਕੱਪ ਹੈ ਲਓ ਕਹਿੰਦੇ ਸਿਆਣ ਵਾਲੇ ਚੀਨੇ ਦੀ ਰੋਲ ਤੇ ਦੁਆਬਾ ਵਾਰੀਅਰ ਦੇ ਚਾਰਾਂ ਦੇ ਵਿੱਚੋਂ ਇਹ ਜੀਤ ਹੈ ਕੋਟਲੀ ਵਾਲਾ ਉਹ ਮੁੰਡਾ ਢਾ ਕੇ ਉੱਤੇ ਬਹਿ ਗਿਆ ਕਈ ਜਾਫੀ ਜੁਰਤ ਰੱਖਦੇ ਜੱਫਾ ਲਾ ਕੇ ਹਿੱਕ ਤੇ ਬਹਿਣ ਦੀ ਕਈ ਉੜਦੇ ਪਰਿੰਦਿਆਂ ਨੂੰ ਥੱਲੇ ਲਾਉਂਦੇ ਦਿੰਦੇ ਇਜਾਜ਼ਤ ਨਾ ਉੜਦੇ ਰਹਿਣ ਦੀ ਲਓ ਕੋਟਲੀ ਵਾਲੇ ਨੇ ਜੱਫਾ ਲਾਇਆ ਡਿਓਲੇ ਵਾਲਾ ਨਰਿੰਦਰ ਆਇਆ ਕਕਰਾਲੀ ਸਾਹਿਬ ਕਰੋ ਗੱਲ ਮੁੰਡੇ ਨੂੰ ਔਰ ਨਰਿੰਦਰ ਕਹਿੰਦੇ ਡਿਓਲੇ ਵਾਲਾ ਰੇਡ ਪਾ ਰਿਹਾ ਹੈਦਰ ਸਰਦਾਰ ਬੂਟਾ ਸਿੰਘ ਜੀ ਲੋਧੀ ਪੁੱਜੇ ਹੈ ਜਿਹੜੇ ਕਹਿੰਦੇ ਅਮਰੀਕਾ ਦੇ ਵਿੱਚ ਵੀ ਵੱਡਾ ਕਬੱਡੀ ਕੱਪ ਕਰਾਉਂਦੇ ਹੈ ਔਰ ਪਿਛਲੇ ਸਾਲ 2,00,000 ਲਾਇਆ ਇੱਕ ਜੱਫੇ ਤੇ ਇਸ ਸਾਲ ਕਹਿੰਦੇ 4,00,000 ਔਰ 4,00,000 ਲੱਗੂਗਾ ਐਨ ਕਹਿੰਦੇ ਗੁਰਾਇਆਂ ਦੇ ਕਬੱਡੀ ਕੱਪ ਤੇ ਅੱਟੇ ਵਾਲੇ ਦੀ ਗਰਾਊਂਡ ਦੇ ਵਿੱਚ 3 ਮਾਰਚ ਦੇਖਣ ਯੋਗ ਟੂਰਨਾਮੈਂਟ ਹੋਵੇਗਾ ਆਓ ਇਹਦੇ ਨਾਲ ਹੀ ਪਾਣੀ ਦੀ ਬ੍ਰੇਕ ਹੈ ਮਾਈਕ ਜਿਹੜਾ ਕੋਛੜ ਸਾਹਿਬ ਦੇ ਵਾਲੇ ਹੈ ਧੰਨਵਾਦ ਹਾਫ ਸਮਾ ਜੀ ਸਾਡੇ ਵੀਰ ਸ਼੍ਰੀ ਹਾਫ ਰਵੀ ਸੰਘਾ ਹੈਪੀ ਸੰਘਾ ਰਵੀ ਖਿਡਾਰੀ ਨੂੰ
20,000 ਰੁਪਏ ਦੇ ਨਾਲ ਸਨਮਾਨ ਕਰ ਰਿਹਾ। ਹੁਣ ਭਾਜੀ ਕਰਾ ਲਓ ਸਨਮਾਨ ਤੇ ਸਾਡੇ ਗੁਰਪ੍ਰਤਾਪ ਸਿੰਘ ਜੀ ਵਡਾਲਾ ਸਾਹਿਬ ਨੂੰ ਬੇਨਤੀ ਹੈ ਕਿ ਲੜਕੀਆਂ ਦਾ ਸ਼ੋਅ ਮੈਚ ਜਿਹੜਾ ਤੁਸੀਂ ਆਏ ਹੋ ਰਿਹਾ ਸੀ ਉਹ ਦੋਨਾਂ ਟੀਮਾਂ ਨੂੰ ਪਿਆਰ ਸਤਿਕਾਰ ਦਿੱਤਾ ਜਾਣਾ। ਆਓ ਬੱਤੇ ਸੁੱਕੀ ਆ ਜਾਓ ਬੇਟੇ ਆ ਜਾਓ। ਇਹ ਲੜਕੀਆਂ ਦਾ ਮਾਣ ਕੁਛ ਸਾਡੇ ਗੁਰਪ੍ਰਤਾਪ ਸਿੰਘ ਜੀ ਵਡਾਲਾ ਸਾਹਿਬ ਔਰ ਨਾਲ ਸਾਡੇ ਮੇਜਰ ਗਾਖਲ ਹਕੀਕਤ ਸਿੰਘ ਜੀ ਕੀਕਾ ਇਹ ਪਿਆਰ ਸਤਿਕਾਰ ਬੱਚੀਆਂ ਦਾ ਕਰ ਰਹੇ ਨੇ ਔਰ ਮਾਣ ਆ ਸਾਨੂੰ ਰਣਜੀਤ ਸਿੰਘ ਜੀ ਚੇਅਰਮੈਨ ਮਾਰਕੀਟ ਕਮੇਟੀ ਕਪੂਰਥਲਾ ਉਧਰ ਹੈਪੀ ਸੰਘਾ ਤੇ ਰਵੀ ਨੂੰ 20,000 ਰੁਪਏ ਦੇ ਨਾਲ ਹਾਂਜੀ ਸਰ ਦਸ਼ਮੇਸ਼ ਕਬੱਡੀ ਕਲੱਬ ਨਕੋਦਰ ਦੇ ਨੰਬਰ ਹਾਰ ਸਮੇਂ ਤੱਕ 14.5 ਤੇ ਦੁਆਬਾ ਵਾਰੀਅਰ ਸੁਰਖਪੁਰ ਦੇ ਨੰਬਰ ਨੇ 18 14 ਤੇ 18 ਦੋ ਜੱਫਿਆਂ ਦਾ ਫਰਕ ਹੈ। ਉਧਰ ਬੇਨਤੀ ਆ ਦੋਨਾਂ ਟੀਮਾਂ ਦੇ ਕੋਚ ਸਾਹਿਬਾਨਾਂ ਵੱਲੋਂ ਸਾਡੇ ਸਤਿਕਾਰਯੋਗ ਗੁਰਪ੍ਰਤਾਪ ਸਿੰਘ ਜੀ ਵਡਾਲਾ ਸਾਹਿਬ ਨੇ ਨਾਮਾਂ ਦੀ ਵੰਡ ਕੀਤੀ ਹੈ। ਮਾਣ ਹੈ ਸਾਨੂੰ ਬਹੁਤ ਪਿਆਰ ਸਤਿਕਾਰ ਦੇ ਨਾਲ। ਅਜੇ ਫਾਈਨਲ ਮੈਚ ਹੋ ਰਿਹਾ ਵਡਾਲਾ ਸਾਹਿਬ ਲੜਕਿਆਂ ਦਾ ਮੈਚ ਫਾਈਨਲ ਹੋ ਰਿਹਾ ਹੈ ਉਹਦਾ ਵੀ ਮਾਣ ਸਨਮਾਨ ਦੇਣਾ ਤੁਸੀਂ ਕੁਛ ਹੋਰ ਵਿਸ਼ੇਸ਼ ਸ਼ਖਸੀਅਤਾਂ ਦੇ ਵੀ ਮਾਣ ਕਰਨੇ ਨੇ। ਹਕੀਕਤ ਜੀ ਕਬੱਡੀ ਸ਼ੁਰੂ ਹੋ ਗਈ ਹੈ ਓਵਰ ਟੂ ਕਬੱਡੀ ਲਓ ਸਾਹਮਣੇ ਕਹਿੰਦੇ ਮੈਚ ਫੇਰ ਸ਼ੁਰੂ ਹੋ ਗਿਆ ਹੈ। ਹਾਫ ਸਮੇਂ ਤੱਕ ਕੋਈ ਬਾਹਲਾ ਫਰਕ ਨਹੀਂ ਲਓ ਹਾਫ ਸਮੇਂ ਤੋਂ ਬਾਅਦ ਪਹਿਲੀ ਰੇਡ ਕਾਲਾ ਭਾਗਲ ਨੇ ਪਾਈ ਹੈ। ਹੈਪੀ ਰਣਜੀਤ ਸਿੰਘ ਜੀ ਖੋਜੇ ਵਾਲੀ ਇਹ ਚੇਅਰਮੈਨ ਸਾਹਿਬ ਤੁਹਾਨੂੰ ਯਾਦ ਕਰਦੇ ਨੇ ਹੈਪੀ ਨੂੰ ਸਟੇਜ ਉੱਪਰ ਆ ਜਾਓ। ਹਾਂ ਰੇਡ ਪਾਉਣ ਲਈ ਦੀਪਾ ਕਹਿੰਦੇ ਲਿੱਤਰਾਂ ਵਾਲਾ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ। ਇਹ ਹੈ ਲਿੱਤਰਾਂ ਵਾਲਾ ਦੀਪਾ ਹਾਂ ਜਾਫੀ ਚਾਰ ਸਾਹਮਣੇ ਐਮ ਤਿਆਰ ਪਰ ਤਿਆਰ ਨੇ ਤੇ ਚਾਰਾਂ ਦੇ ਵਿੱਚ ਆਹ ਨੌਜਵਾਨ ਕਹਿੰਦੇ ਜੀਤ ਆਹ ਜੀਤ ਹੈ ਕੋਟਲੀ ਵਾਲਾ ਆਹ ਜੀਤ ਹੈ ਕੋਟਲੀ ਵਾਲਾ ਆਹ ਜੀਤ ਹੈ ਕੋਟਲੀ ਵਾਲਾ ਦੇਖੋ ਆਹ ਲੱਗਿਆ ਹੋਇਆ ਜੋਰ ਆਹ ਜੋਰ ਆਹ ਜੋਰ ਆਹ ਜੋਰ ਉਹ ਦਰਸ਼ਕ ਵੀਰੋ ਫਾਈਨਲ ਦਾ ਨਜ਼ਾਰਾ ਆ ਰਿਹਾ ਤੇ ਥੋੜਾ ਜਿਹਾ ਰੋਲਰ ਪੋ ਦੁਨੀਆਂ ਨੱਚਦੀਆਂ ਕਾਲੇ ਸੰਘਿਆ ਦੇ ਵਿੱਚ 43,000 ਦੀ ਰੇਡ 43,000 ਲੱਗਾ ਹੋਇਆ ਆਹ 43 ਦੇ ਵਿੱਚ ਉਹ ਕਹਿੰਦੇ ਦੋ ਰੇਡਾਂ ਪੈ ਗਈਆਂ ਜਿਹਦੇ 16,000 ਕਰਤਾ ਬੂਟਾ ਸਿੰਘ ਲੋਧੀ ਤੇ ਪੰਮਾ ਸੈਕਰਾਮੈਂਟੋ ਉਹਨਾਂ ਦਾ 16,000 ਕਹਿੰਦੇ ਤਿੰਨ ਰੇਡਾਂ ਤੇ ਅਤੇ 25,000 ਗੁਰਦੇਵ ਪੱਪੂ ਪੰਛੀ ਦਾ ਪੰਜ ਰੇਡਾਂ ਤੇ ਲੱਗਾ ਹੋਇਆ ਹਰ ਰੇਡ ਪਾਉਣ ਲਈ ਮੁੰਡਾ ਕਹਿੰਦੇ ਸ਼ਾਹਪਰੀਆ ਭੁੱਲ ਗਏ ਤੂੰ ਬੱਬੂ ਸ਼ਾਹਪਰੀ ਆ ਗਿਆ ਭਾਜੀ ਜਾਫੀ ਚਾਰ ਕਿਉਂ ਜੀ ਦੁਆਬਾ ਵਾਰੀਅਰ ਸੁਰਖਪੁਰ ਦੇ ਆਹ ਤਿਆਰ ਪਰ ਤਿਆਰ ਨੇ ਇਹ ਹੈ ਕਾਲਾ ਹਰੀਗੜ੍ਹ ਕਿੰਗਣ ਦਾ ਕਾਲਾ ਆਹ ਹਰੀਗੜ੍ਹ ਕਿੰਗਣ ਦਾ ਕਾਲਾ ਨਹੀਂ ਰੁਕ ਸਕਿਆ ਇਸ ਨੌਜਵਾਨ ਨੂੰ ਅੰਮ੍ਰਿਤ ਘਾਸ ਵਾਲਾ ਰੇਡ ਪਾਉਣ ਲਈ ਫਿਰ ਤਿਆਰ ਹੈ ਲਓ ਕਹਿੰਦੇ ਘਾਸ ਪਿੰਡ ਵਾਲਾ ਅੰਮ੍ਰਿਤ ਰੇਡ ਪਾਉਣ ਦੇ ਲਈ ਤਿਆਰ ਹੈ ਕੋਈ ਅੰਮ੍ਰਿਤ ਕਹਿੰਦਾ ਕੋਈ ਅਮਰ ਕਹਿੰਦਾ ਪਰ ਮੁੰਡੇ ਦਾ ਘਾਸ ਪਿੰਡ ਆ ਪਰ ਸਰਦਾਰੀ ਸਾਂਭੀ ਹੋਈ ਹੈ ਕਿ ਕੱਦ ਨਾਲ ਉੱਚੇ ਕਿਰਦਾਰ ਨਹੀਂ ਉਹ ਮਿਲਦੇ ਮੇਲਿਆਂ ਚੋਂ ਮੁੱਲ ਸਰਦਾਰ ਨਹੀਂ ਉਹ ਮਿਲਦੇ ਆਹ ਸਰਦਾਰ ਦੀ ਰੇਡ ਸਿੰਘ ਦੀ ਰੇਡ ਪੈ ਰਹੀ ਆ ਫਾਈਨਲ ਚੱਲ ਰਿਹਾ ਹੈ ਪਰ ਦੋ ਸਿੰਘਾਂ ਦੀ ਟੱਕਰ ਉਹ ਲੱਗਾ ਹੋਇਆ ਜੋਰ ਇਹ ਅਮਰ ਹੈ ਘਾਸ ਪਿੰਡ ਵਾਲਾ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਉਹ ਬਾਈ ਮੈਚ ਦਾ ਨਜ਼ਾਰਾ ਆਉਂਦਾ ਐਂ ਸਿਰੇ ਦੀ ਟੱਕਰ ਚੱਲ ਰਹੀ ਹੈ ਦੁਨੀਆ ਨਜ਼ਾਰੇ ਲੈ ਰਹੀ ਹੈ ਲਓ ਸਾਹਮਣੇ ਫੇਰ ਆਓ ਸਾਹਮਣੇ ਬੱਲੇ 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 ਨਹੀਂ ਉਹ ਰੀਸਾ ਮੁਕਾਬਲਾ ਸੱਟ ਲੱਗਾ ਹੋਇਆ ਜੋਰ ਤੇ ਫੈਸਲਾ ਆਹ ਨੰਬਰ ਤੇ ਸਟੋਪਰ ਦਾ ਨੰਬਰ ਤੇ ਸਟੋਪਰ ਦਾ
ਪਰ ਅਗਲੀ ਰੇਡ ਪਾਉਣੀ ਸੰਦੀਪ ਆ 16,000 ਦੀ ਤੀਜੀ ਰੇਡ ਤੇ ਨਾਲ 43,000 ਦੀ ਵੀ ਤੀਜੀ ਰੇਡ ਹੈ ਪਰ 16,000 ਇਸ ਰੇਡ ਤੋਂ ਬਾਅਦ ਬੰਦ ਹੋ ਜਾਣਾ ਉਹ ਬਾਕੀ ਰਹਿੰਦਾ 27,000 ਪੰਜ ਰੇਡਾਂ ਤੱਕ ਚੱਲੂਗਾ ਇਹ ਹੈ ਸੰਦੀਪ ਸੁਰਖਪ੍ਰੀਆ ਆਹ 16,000 ਆਹ 16,000 ਆਹ 43,000 43,000 43,000 ਆਹ ਬਿਲਾ ਢੋਡਿਆਂ ਵਾਲਾ ਆਹ ਬਿਲਾ ਢੋਡਿਆਂ ਵਾਲਾ ਆਹ ਕਰਾਊ ਸਿਰਾ 43,000 ਦਾ ਜੱਫਾ ਰਾਜਾ ਖੇਲਾ ਲਿਖਦਾ ਆ ਲੋਕੋ ਕੋਕੇ ਜੜ ਜੜ ਕੇ ਆ ਲੋਕੋ ਕੋਕੇ ਜੜ ਜੜ ਕੇ ਕੋਕੇ ਜੜ ਜੜ ਕੇ ਬਾਕੀ 27,000 ਸੇ ਤੋਂ ਕੋਛੜ ਸਾਹਿਬ ਤੋਂ ਲੈ ਲੋ ਲਓ ਸਾਹਮਣੇ ਕੋਚੜ ਸਾਹਿਬ ਕੋਲ 25,000 ਰੁਪਇਆ ਲੈ ਲਓ ਮੈਂ ਅਨਾਊਂਸ ਕੋਈ ਨੀ ਕੀਤਾ 25,000 ਰੁਪਇਆ ਤੁਸੀਂ ਆਪ ਹੀ ਅਨਾਊਂਸ ਕਰਦੇ ਹੋ ਤੁਸੀਂ ਪੈਸੇ ਦੇਣੇ ਆ 25,000 ਰੁਪਇਆ ਬੋਲਿਆ ਠੀਕ ਹੈ ਕੋਚੜ ਸਾਹਿਬ ਥੈਂਕ ਯੂ ਹਾਂ ਤੁਸੀਂ ਨਾ ਆਪਣੇ ਐਵੇਂ ਨਾ ਮਾਰੀ ਜਾਇਆ ਕਰੋ ਥੈਂਕ ਯੂ ਉਧਰ ਬੂਟਾ ਸਿੰਘ ਦੀ ਲੋਧੀ ਤੇ ਪੰਮਾ ਸੈਕਰਾਮੈਂਟੋ 2,000 ਕਬੱਡੀ ਕੋਚ ਦਵਿੰਦਰ ਦੇ ਲਈ ਅਤੇ ਨਾਲ ਬੋਲਾਂ ਲਈ ਵੀ 2,000 ਦੇ ਮਾਣ ਪੁੱਜਦੇ ਕੀਤੇ ਹੈ ਬੂਟਾ ਲੋਧੀ ਦੇ ਨਾਲ ਪੰਮਾ ਸੈਕਰਾਮੈਂਟੋ ਆਹ ਰੇਡ ਪਾਉਣੀ ਦੀਪਾ ਇਹ ਹੈ ਲਿੱਤਰਾਂ ਵਾਲਾ ਆਹ ਦੀਪਾ ਲਿੱਤਰਾਂ ਵਾਲਾ ਰੇਡ ਪਾ ਰਿਹਾ ਹੈ ਜਾਫੀ 4 ਆਹ ਤਿਆਰ ਪਰ ਤਿਆਰ ਰਹੇ ਆਹ ਚਾਰਾਂ ਦੇ ਵਿੱਚ ਵੇਖੋ ਅੱਜ ਕੋਟਲੀ ਵਾਲਾ ਆਈ ਪਿਆ ਹੋਇਆ ਆਹ ਕੋਟਲੀ ਵਾਲਾ ਆਈ ਪਿਆ ਹੋਇਆ ਆਹ ਕੋਟਲੀ ਵਾਲਾ ਆਹ ਕੋਟਲੀ ਵਾਲਾ ਆਈ ਪਿਆ ਹੋਇਆ ਦੀਪਾ ਤੇ ਜੀਤ ਆਹ ਦੀਪਾ ਤੇ ਜੀਤ ਹੋ ਸਾਹਮਣੇ ਆ ਦੁਨੀਆ ਭੰਗੜੇ ਪਾਉਂਦੀ ਆ ਸੁਰਿੰਦਰ ਸਿੰਘ ਜੀ ਸੋਟਾ ਜੂ ਵੈਸੇ ਪਾਲੀ ਅਟਵਾਲ ਹਰਜਿੰਦਰ ਚਮਕੀਲਾ ਆਸਟ੍ਰੇਲੀਆ ਦਲਜੀਤ ਸਿੰਘ ਜੀ ਬਿਰਕ ਕੁਲਦੀਪ ਵਾਸੀ ਮਨਜਿੰਦਰ ਵਾਸੀ ਤੇ ਜੋਗਿੰਦਰ ਯੂਕੇ ਇਹ ਦਸ਼ਮੇਸ਼ ਕਬੱਡੀ ਕਲੱਬ ਨਕੋਦਰ ਦੇ ਮੇਨ ਸਪਾਂਸਰ ਨੇ ਉਧਰ ਜਸਵਿੰਦਰ ਰਾਏ ਬਲਵੀਰ ਰਾਏ ਮੇਜਰ ਬਰਾੜ ਜਲੰਧਰ ਸਿੱਧੂ ਗੋਪਾ ਵੈਸ ਨਾਲ ਕਹਿੰਦੇ ਸੁੱਖਾ ਰੰਧਾਵਾ ਕੁਇਕ ਟਾਰ ਸਰਵਿਸ ਲਾਲੀ ਢੇਸੀ ਤੇ ਨਾਲ ਕਹਿੰਦੇ ਰਣਜੀਤ ਟੰਡਾ ਉਹ ਮੇਨ ਸਪੌਂਸਰ ਨੇ ਪਰੇਡ ਸ਼ਾਹਪਰੀਏ ਬੱਬੂ ਦੀ ਨਵੀਂ ਸੁਖਰਾ ਚੱਕ ਮਾਇਕ ਲਾ ਕਹਿੰਦੇ ਅਮਰ ਘਾਸ ਪਿੰਡ ਵਾਲਾ ਰੇਡ ਪਾਉਣ ਦੇ ਲਈ ਫਿਰ ਤਿਆਰ ਵਰ ਤਿਆਰ ਹੈ ਢੋਡਿਆਂ ਨੇ ਬਿੱਲੇ ਨੇ ਕਹਿੰਦੇ ਕਾਲੇ ਸੰਗਿਆ ਦੇ ਵਿੱਚ 43,000 ਦਾ ਜੱਫਾ ਸੁਖਪ੍ਰੀਏ ਸੰਦੀਪ ਨੂੰ ਲਾ ਕੇ ਇੱਕ ਵੱਖਰਾ ਇਤਿਹਾਸ ਰਚ ਦਿੱਤਾ ਪਰ ਅਮਰ ਘਾਸ ਦੀ ਪਈ ਹੋਈ ਰੇਡ ਹੁਣ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਆਓ ਦੇਖਾਂਗੇ ਮੁਕਾਬਲਾ ਸਖਤ ਉਹ ਪੁੱਠੀ ਕੈਂਚੀ ਦੀ ਟਰਾਈ ਕੀਤੀ ਹੈ ਪਰ ਨੰਬਰ ਕਹਿੰਦੇ ਅਮਰ ਘਾਸ ਆਪਣੀ ਟੀਮ ਦੇ ਲਈ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਅਗਲੀ ਰੇਡ ਚੀਮਾ ਸੰਘਾਣ ਤੇ ਮਾਇਕ ਤੇ ਸੁਰਜੀਤ ਪਟਵਾਲੀ ਆਹ ਚੀਮਾ ਕਹਿੰਦੇ ਸੰਘਾਣ ਵਾਲਾ ਰੇਡ ਪਾ ਰਿਹਾ ਆਹ ਚੀਮਾ ਸੰਘਾਣ ਵਾਲਾ ਆਹ ਚੀਮੇ ਸੰਘਾਣ ਵਾਲੇ ਦੀ ਰੇਡ ਪਾਈ ਹੋਈ ਹੈ ਤੇ ਜਾਫੀ 4 ਆਹ 4 ਤਿਆਰ ਪਰ ਤਿਆਰ ਆਹ ਫੜ ਰਿਹਾ ਲੱਕ ਤੇ ਵੱਜ ਗਈ ਕੈਂਚੀ ਆਹ ਤਕੜਾ ਜਫਾ ਇਸਮੇ ਨੌਜਵਾਨ ਲਾ ਕੇ ਇੱਕ ਹੋਰ ਪੁਆਇੰਟ ਆਪਣੀ ਟੀਮ ਦੇ ਲਈ
ਲਓ ਸਾਹਮਣੇ ਕਹਿੰਦੇ ਨਰਿੰਦਰ ਡਿਓਲੇ ਵਾਲਾ ਰੇਡ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ। ਸੁਰਜੀਤ ਕਕਰਾਲੀ ਜੀ ਦਾ ਅੱਜ ਕਹਿੰਦੇ ਗੋਲਡ ਮੈਡਲ ਨਾਲ ਸਨਮਾਨ ਹੋਇਆ ਹੈ। ਪੱਪੂ ਪੰਛੀ, ਬੂਟਾ ਢਿੱਲੋ, ਬੂਟਾ ਲੋਢੀ ਤੇ ਗੁਰਮੁਖ ਸੰਧੂ ਇਹਨਾਂ ਦੇ ਵੱਲੋਂ ਹੋਇਆ। ਲਓ ਸਾਹਮਣੇ ਪਈ ਸੀ ਰੇਡ, ਲਓ ਸਾਹਮਣੇ ਟੱਚ ਡਬਲ ਹੈ ਤੇ ਨੰਬਰ ਕਹਿੰਦੇ ਆ ਗੱਭਰੂ ਨੇ ਆਪਣੀ ਟੀਮ ਦੇ ਲਈ ਜ਼ੋਰ ਦਿੱਤਾ ਹੈ। ਭਾਈ ਸਟੇਜ ਤੋਂ ਮੇਨ ਪ੍ਰਬੰਧਕ ਜਿਹੜੇ ਅਨਾਊਂਸ ਕਰਾ ਕੇ ਗਏ ਸੀ 25+227,000 ਪਲੀਜ਼ ਉਹ ਗਰਾਊਂਡ ਦੇ ਵਿੱਚ ਪੁੱਜਦਾ ਕਰ ਦਿਓ। ਪ੍ਰਬੰਧਕ ਵੀ ਧੰਨਵਾਦ। ਮੈਚ ਸਿਰੇ ਦਾ ਆਹ ਮੈਚ ਚੋਟੀ ਦਾ। ਇੱਕ ਬੇਨਤੀ ਹੈ ਜੀ ਸਾਡੀ ਮੈਨੇਜਮੈਂਟ ਨੂੰ ਵੀ ਜਿਹੜੇ ਜੱਫੇ ਦੇ ਮਾਇਆ ਦੇ ਪੈਸੇ ਲੱਗੇ ਸੀਗੇ ਜਿਹੜੇ ਵੀਰਾਂ ਵੱਲੋਂ ਲੱਗੇ ਸੀਗੇ ਉਹ ਜ਼ਰੂਰ ਪਹੁੰਚਦੇ ਕਰ ਦੇਣ। ਜਿਹੜਾ 16,000 ਉਹਦਾ ਪੁੱਜ ਗਿਆ ਜੀ। ਹਾਂ ਤੇ ਬਾਕੀ ਮਾਇਆ ਟੀਮ ਇਹ ਕਹਿੰਦੀ ਵੀ ਸਾਨੂੰ ਮਾਇਆ ਪਹੁੰਚਦੀ ਕਰੀਏ। ਹਾਂਜੀ ਜਿੰਦਰ ਬਾਈ ਆ ਗਏ ਵੀਰ ਮਾਇਆ ਦੇਣ ਲਈ, ਮੈਂ ਸ਼ੁਰੂ ਕਰ ਦਿਓ। ਉਹ ਮੇਨ ਪ੍ਰਬੰਧ ਕੀ ਹੈ ਘਬਰਾਉਣ ਵਾਲੀ ਗੱਲ ਨਹੀਂ। ਗੁਰਦੇਵ ਪੱਪੂ ਪੰਛੀ ਜੀ ਅੱਜ ਵੱਡਾ ਮਾਣ ਕਹਿੰਦੇ ਖਿਡਾਰੀਆਂ ਲਈ ਦੇ ਰਹੇ ਹੈ, ਵੱਡਾ ਧੰਨਵਾਦ ਉਹਨਾਂ ਦਾ। ਉਹ ਮੱਖਣ ਸਿੰਘ ਜੀ ਅੱਜ ਕਹਿੰਦੇ ਟਰਾਂਟੋ ਤੋਂ ਆਏ ਹੈ, ਉਹ ਵੀ ਮੈਟਰੋ ਲਈ ਖੇਡਦੇ ਰਹੇ ਹੈ। ਆਹ ਮੈਟਰੋ ਵਾਲੇ ਮਲਕੀਤ ਦਿਓਲ ਦਾ ਕਹਿੰਦੇ ਬਨਵਾਲੀਪੁਰ ਪਿੰਡ ਹੈ, ਆਹ ਗੁਰਦੇਵ ਪੱਪੂ ਪੰਛੀ ਦਾ ਪਿੰਡ ਹੈ। ਲਓ ਸਾਹਮਣੇ ਰੇਲ ਪਾਉਣ ਦੇ ਲਈ ਨੌਜਵਾਨ ਫੇਰ ਵਾਧਾ ਹੋਇਆ। ਉਧਰ ਪੱਪੂ ਪੰਛੀ ਜੀ ਉਹਨਾਂ ਵੱਲੋਂ ਕਹਿੰਦੇ ਮਾਇਆ ਪੁੱਜ ਗਈ ਹੈ। ਪ੍ਰਬੰਧਕ ਵੀਰ ਉਹ ਟੀਮ ਦੇ ਕੋਚ ਸਾਹਿਬਾਨ ਪ੍ਰਾਪਤ ਕਰ ਲੈਣ। ਲਓ ਸਾਹਮਣੇ ਪਈ ਸੀ ਰੇਡ, ਲੈਣੀ ਸੁਖਰਾਜ ਆਹ ਰੇਡ ਤੋਂ ਬਾਅਦ ਗੱਲ ਕਰਦੇ ਹੈ, ਆਹ ਰੇਡ ਤੋਂ ਬਾਅਦ ਗੱਲ ਕਰਦੇ ਹੈ, ਆਹ ਰੇਡ ਤੋਂ ਬਾਅਦ ਗੱਲ ਕਰਦੇ ਹੈ। ਬਾਈ ਮੈਚ ਰੋਕੇ ਪ੍ਰੋਫੈਸਰ ਸਾਹਿਬ ਬਲਵੀਰ ਬਿੱਟੂ ਵੱਲੋਂ ਬੇਨਤੀ ਹੈ ਵੀ ਇੱਕ ਮਿੰਟ ਲਈ ਮੈਚ ਰੋਕ ਦਿਓ। ਇਹ ਮੈਚ ਇਸ ਕਰਕੇ ਰੋਕਿਆ ਗਿਆ ਵੀ ਦੋਨੋਂ ਟੀਮਾਂ ਦੇ ਕੋਚ ਜਾਂ ਸਪੋਰਟਰ ਪਲੀਜ਼ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਗਰਾਊਂਡ ਖਾਲੀ ਕਰ ਦਿਓ। ਜੇਕਰ ਦੁਬਾਰਾ ਗਰਾਊਂਡ 'ਚ ਆ ਗਏ ਤਾਂ ਪੁਆਇੰਟ ਅਗੇਸ ਦਿੱਤਾ ਜਾਵੇਗਾ। ਦੋਨੋਂ ਟੀਮਾਂ ਦੇ ਕੋਚ ਨੋਟ ਕਰ ਲੈਣ। ਮੈਚ ਸ਼ੁਰੂ ਕਰ ਦਿਓ ਜੀ, ਧੰਨਵਾਦ। ਉੱਧਰ ਪੱਪੂ ਪੰਛੀ ਜੀ ਜੋ ਸਾਡੇ ਮੇਨ ਆਰਗੇਨਾਈਜ਼ਰ ਨੇ ਉਹਨਾਂ ਵੱਲੋਂ ਜਿਹੜੀ ਮਾਇਆ ਜੱਫੇ ਤੇ ਲੱਗੀ ਸੀ ਉਹ ਖਿਡਾਰੀਆਂ ਤੱਕ ਪਹੁੰਚਦੀ ਹੋ ਗਈ ਹੈ। ਢੋਡਾ ਵਾਲੇ ਦਿੱਲੇ ਨੇ ਕਹਿੰਦੇ 43,000 ਦਾ ਜੱਫਾ ਲਾਇਆ, ਪਾਗਲ ਰੇਟ ਪਾ ਰਿਹਾ ਹੈ। ਆਹ ਕਾਲੇ ਪਾਗਲ ਦੀ ਰੇਡ ਪੈ ਰਹੀ ਹੈ ਗੁਰਦੇਵ ਪੱਪੂ ਪੰਛੀ ਦਾ, ਆਹ ਆਲਮਗੀਰ ਕਲੀ ਪੰਚਾਇਤ ਦਾ, ਆਹ ਨਾਲ ਕਾਲੇ ਸੰਘਿਆ ਵੈਨਰ ਹੀਰਾਂ ਦਾ, ਆਹ ਕਿੰਗ ਸਪੋਰਟਸ ਕਲੱਬ ਸੈਕਰਾਮੈਂਟੋ ਵਾਲਿਆਂ ਦਾ। ਇਹ ਕਬੱਡੀ ਕੱਪ ਹੈ ਕਿੰਗਜ ਸਪੋਰਟਸ ਕਲੱਬ ਸੈਕਰਾਮੈਂਟੋ ਵਾਲਿਆਂ ਦਾ। ਆਹ ਚੌਥੀ ਬ੍ਰੇਕ ਹੋ ਗਈ ਹੈ, ਅਸੀਂ ਇੱਕ ਵਾਰ ਫੇਰ ਸਾਰੀ ਸੰਗਤ ਦਾ, ਐਨ ਆਰ ਆਈ ਵੀਰਾਂ ਦਾ, ਗ੍ਰਾਮ ਪੰਚਾਇਤ ਆਲਮਗੀਰ ਦਾ, ਆਹ ਕਾਲੇ ਸੰਘਿਆ ਪਿੰਡ ਦਾ, ਕਿੰਗਜ ਸਪੋਰਟਸ ਕਲੱਬ ਸੈਕਰਾਮੈਂਟ ਦਾ ਦਿਲੋਂ ਧੰਨਵਾਦ ਕਰਦੇ ਹਾਂ। ਨੇਕਾ ਮੈਰੀ ਪਰੀਆ ਜਿਹਨਾਂ ਵੱਲੋਂ ਫਸਟ ਪ੍ਰਾਈਜ਼ 2,00,000 ਰੁਪਇਆ ਸਪੋਂਸਰ ਕੀਤਾ ਜਾ ਰਿਹਾ ਹੈ ਉਹਨਾਂ ਦਾ ਧੰਨਵਾਦ ਕਰਦੇ ਹਾਂ। 51,000 ਉਹ ਬੈਸਟਾਂ ਨੂੰ ਦਿੱਤਾ ਜਾਣਾ ਹੈ ਤੇ 1,50,000 ਰੁਪਇਆ ਸੈਕਿੰਡ ਪ੍ਰਾਈਜ਼ ਸਪੋਂਸਰ ਕੀਤਾ ਗਿਆ ਹੈ ਐਨ ਆਰ ਆਈ ਵੀਰਾਂ ਦੇ ਵੱਲੋਂ, ਉਹਨਾਂ ਦਾ ਵੀ ਵੱਡਾ ਧੰਨਵਾਦ ਹੈ। ਧੰਨਵਾਦ ਖੇਡ ਬਾਕੀ ਹੈ, ਮੀਡੀਆ ਦਾ ਧੰਨਵਾਦ। ਹਸਰਾਜ ਹਰਜੀਤ ਸਿੰਘ ਜੀ, ਨਿਜਰ ਸਾਹਿਬ ਅਮਰਜੀਤ ਸਿੰਘ ਜੀ ਨਿਜਰ ਜਗਬਾਣੀ ਤੋਂ, ਬਲਜੀਤ ਸਿੰਘ ਸੰਘਾ ਅਜੀਤ ਤੋਂ, ਬਲਰਾਜ ਪੁਰੇਵਾਲ ਸਾਹਿਬ ਕਾਲਾ ਸੰਘਿਆ .com, ਪਰਮਜੀਤ ਮੈਚ ਫੇਰ ਸ਼ੁਰੂ ਹੋ ਗਿਆ, ਸ਼ੁਰੂ ਰੇਡ ਪਾਉਣੀ ਬੰਟੀ ਖਹਿਰਿਆਂ ਵਾਲਾ ਆ ਗਿਆ। ਇਹ ਹੈ ਖਹਿਰਾ ਪਿੰਡ ਹੈ ਜਿਹੜੇ ਲੁਧਿਆਣੇ ਦਾ ਬੜਾ ਮਸ਼ਹੂਰ ਪਿੰਡ ਹੈ, ਜਿਸ ਨਗਰ ਨੇ ਦੁਨੀਆਂ ਦੇ ਚੋਟੀ ਦੇ ਖਿਡਾਰੀ ਪੈਦਾ ਕੀਤੇ ਹੈ। ਹਰ ਰੇਡ ਬਾਉਂਡਰੀ ਬੰਟੀ ਪਰ ਥੋੜੀ ਥੋੜੀ ਜਿਵੇਂ ਕਹਿੰਦੇ ਚੋਟ ਮਹਿਸੂਸ ਕਰ ਰਹੀ ਹੈ। ਓਮਕਾਰ ਸਿੰਘ ਜੀ ਜੱਗਾ
ਯੂਕੇ ਸੈਨਾ ਬਹਾਦਰ ਸਿੰਘ ਯੂਕੇ ਵਾਈਸ ਪ੍ਰਧਾਨ ਜਿਹਨਾਂ ਵੱਲੋਂ ਸੈਕਿੰਡ ਪ੍ਰਾਈਜ਼ ਹੈ, 1.5 ਲੱਖ ਰੁਪਏ ਸਪੋਂਸਰ ਕੀਤਾ ਗਿਆ ਹੈ। ਡੇਕਾ ਮੈਰੀ ਪਰ ਚੇਅਰਮੈਨ ਆਫ ਇੰਗਲੈਂਡ ਕਬੱਡੀ ਫੈਡਰੇਸ਼ਨ ਉਹਨਾਂ ਵੱਲੋਂ 2 ਲੱਖ ਰੁਪਏ ਸਪੋਂਸਰ ਕੀਤਾ ਗਿਆ ਹੈ। ਵੱਡਾ ਧੰਨਵਾਦ ਉਹਨਾਂ ਦਾ ਵੀ। ਆਹ ਰੇਡ ਪਾਲਟੀ ਮੁੰਡਾ ਕਹਿੰਦੇ ਅਮਰਤ ਅਮਰਪ੍ਰੀਤ ਘੱਸ ਪਿੰਡ ਵਾਲਾ ਅਮਰ ਘੱਸ ਵਾਲਾ ਰੇਲ ਪਾਉਣ ਦੇ ਲਈ ਵਾਧਾ ਹੋਇਆ ਹੈ। ਅਮਰ ਘੱਸ ਉਧਰ ਮੱਖਣ ਸਿੰਘ ਦੀ ਕਨੇਡਾ, ਉਹਨਾਂ ਵੱਲੋਂ ਇਹਨਾਂ ਬੋਲਾਂ ਦੇ ਵੱਡੇ ਮਾਣ ਪਿਆਰ ਪੁੱਜੇ ਹੈ। ਪਰ ਸਾਹਮਣੇ ਪਈ ਹੀ ਰੇਡ ਆਹ ਮੁਕਾਬਲਾ ਸੱਟ ਹੈ, ਪਰ ਕਹਿੰਦੇ ਅਮਰ ਘੱਸ ਪਿੰਡ ਵਾਲਾ ਉਹ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਹੈ ਕਿ ਜਦ ਪੈਰ ਪੱਟਣ ਗੱਭਰੂ ਧਰਤੀ ਹਿਲਦੀ ਧਰਤੀ ਹਿਲਦੀ। ਇਹ ਖੇਡ ਤਾਕਤਾਂ ਵੀ ਨਾਲੇ ਹੈਗੀ ਵੱਡੇ ਦਿਲ ਦੀ, ਆਹ ਨਾਲੇ ਹੈਗੀ ਵੱਡੇ ਦਿਲ ਦੀ ਕਿ ਮੁੜਕੋ ਮੁੜਕੀ ਹੋ ਗਿਆ ਮਿੱਤਰੋ ਜ਼ੋਰ ਚੁਬਰਾਂ ਦਾ ਕਿ ਕੰਡਾ ਵੀ ਨਹੀਂ ਚੁਭਦਾ ਜਿਸਮ ਕਠੋਰ ਚੁਬਰਾਂ ਦਾ। ਤੇ ਚੜ੍ਹਦੀ ਉਮਰ ਗਰਮ ਖੂਨ ਲਲਕਾਰੇ ਤਾਂ ਵੱਜਦੇ। ਆਹ ਰਾਜੇ ਖੇਲੇ ਮਰਦ ਮੈਦਾਨੋ ਡਰ ਕੇ ਨਹੀਂ ਭੱਜਦੇ, ਰਾਜੇ ਖੇਲੇ ਮਰਦ ਮੈਦਾਨੋ ਡਰ ਕੇ ਨਹੀਂ ਭੱਜਦੇ। ਜੋ ਸੱਚ ਕੋਟਲੀ ਵਾਲਾ ਪਰ ਸੰਦੀਪ ਸੁਖਪ੍ਰਿਆ ਰੇਡ ਪਾ ਰਿਹਾ ਹੈ, ਤਾਂ ਸੁਖਪ੍ਰਿਆ ਸੰਦੀਪ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ। ਫਾਈਨਲ ਚੱਲ ਰਿਹਾ ਹੈ, ਸਿਰੇ ਦੀ ਟੱਕਰ ਹੈ। ਕਬੱਡੀ 365.com ਟੀਮ ਪੰਜਾਬੀ ਲਾਈਵ ਕਰ ਰਹੇ ਨੇ। ਪਰ ਸਾਹਮਣੇ ਆਹ ਗੁਰਮੇਲ ਕਹਿੰਦੇ ਫੁੱਲਿਆਂ ਦੀ ਆਹ ਤਕੜਾ ਜਫਾ ਲਾ ਗਿਆ ਹੈ, ਆਹ ਮੁੰਡਾ ਸਿਰਾ ਕਰਾ ਗਿਆ ਹੈ, ਆਹ ਸਿਰਾ ਕਰਾ ਗਿਆ ਹੈ। ਉਹ ਕਾਲੇ ਸੰਘਿਆਂ ਵਾਲੇ ਨਜ਼ਾਰਾ ਆ ਰਿਹਾ, ਉਹ ਇੱਕ ਲਲਕਾਰਾ ਜ਼ੋਰਦਾਰ। ਆਹ ਦੁਨੀਆ ਖੁਸ਼ ਹੈ ਗੁਰਦੇਵ ਪੱਪੂ ਪੰਛੀ ਦੇ ਕਬੱਡੀ ਕੱਪ ਤੇ, ਆਹ ਦੁਨੀਆ ਖੁਸ਼ ਹੈ, ਦੁਨੀਆ ਭੰਗੜੇ ਪਾ ਰਹੀ ਹੈ। ਆਹ ਥੋੜੀ ਦੇਰ ਬਾਅਦ ਆਰਨੇ ਦਾ ਖੁੱਲਾ ਖਾਰਾ ਹੋਵੇਗਾ। ਆਹ ਪਈ ਹੋਏ ਰੇਡ ਤੇ ਮੁੰਡਾ ਕਹਿੰਦੇ ਜੀਤ ਹੈ ਕੋਟਲੀ ਵਾਲਾ। ਆਹ ਬਠਿੰਡਵੀ ਮੁੰਡਾ ਤਕੜਾ ਜਫਾ ਲਾ ਕੇ ਇੱਕ ਹੋਰ ਪਿੰਡ ਦਾ ਵਾਧਾ ਕਰ ਗਿਆ। ਆਹ ਨਿੰਦਰ ਡਿਓਲੇ ਵਾਲਾ ਰੇਡ ਪਾਉਣ ਲਈ ਆ ਗਿਆ। ਡੋਲੇ ਵਾਲਾ ਰੇਲ ਪਾਉਣ ਦੇ ਲਈ ਵਾਧਾ ਹੋਇਆ। 7:46 ਦਾ ਸਮਾਂ, ਉਹ ਠਾਠਾ ਮਾਰਦਾ ਕੱਠ ਹੈ। ਫਾਈਨਲ ਤੋਂ ਬਾਅਦ ਖੁੱਲਾ ਖਾੜਾ ਆਰਨੇਤ ਦਾ ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਪਰ ਦੱਬਦਾ ਕਿੱਥੇ ਹੈ, ਉਹ ਦੱਬਦਾ ਕਿੱਥੇ ਹੈ। ਉਹ ਦੁਨੀਆਂ ਚ ਟਕੋ ਟਕੀ ਪੁੱਜੀ ਹੋਈ ਹੈ। ਆਹ ਚਰਚੇ ਕਹਿੰਦੇ ਦੁਨੀਆਂ ਦੇ ਵਿੱਚ ਆਹ ਕਾਲੇ ਸਿੰਘਾਂ ਦਾ ਕਬੱਡੀ ਕੱਪ ਹੋ ਰਿਹਾ ਹੈ। ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਆਹ 8 ਟੀਮਾਂ ਦੇ ਭੇੜ ਹੋ ਰਿਹਾ ਹੈ। ਆਹ ਰੇਡ ਸ਼ਾਹਪਰੀਏ ਬੱਬੂ ਦੀ ਹੈ। ਆਹ ਸ਼ਾਹਪਰੀਏ ਬੱਬੂ ਪਾ ਕੇ ਰੇਡ ਤਕੜੇ ਪੈਣ ਦਾ ਵਾਧਾ ਕਰ ਗਿਆ ਹੈ। ਭਾਗਲ ਵਾਲੇ ਕਾਲੇ ਦੀ ਰੇਡ ਹੈ ਕਿ ਰੁਤਬੇ ਮਿਲਣ ਮੁਕੱਦਰਾਂ ਨਾਲ ਬੰਨ ਮੁਕੱਦਰ ਹਿੰਮਤਾਂ ਨਾਲ ਹਿੰਮਤ ਸਤਿਗੁਰ ਸੱਚਾ ਬਖਸ਼ੇ ਜਦ ਨਜ਼ਰ ਸਵੱਲੀ ਹੋਏ ਦਿਆਲ। ਔਰ ਰਾਜੇ ਖੇਲੇ ਮੇਰ ਸਾਈ ਦੀ ਪਾ ਦਿੰਦੀ ਹਰ ਸਿੱਧੀ ਚਾਲ। ਆ ਢੋਡਿਆਂ ਵਾਲਾ ਬਿੱਲਾ, ਆ ਢੋਡਿਆਂ ਵਾਲਾ ਬਿੱਲਾ, ਪਰ ਭਾਗਲ ਵਾਲਾ ਕਾਲਾ। ਆ ਅਗਲੀ ਰੇਡ ਇਹ ਹੈ ਕਕਰਾਲਿਆਂ ਦਾ ਕਾਲੂ। ਆ ਮੁੰਡਾ ਕਹਿੰਦੇ ਕਕਰਾਲਿਆਂ ਵਾਲਾ ਕਾਲੂ ਰੇਡ ਪਾਉਣੀ ਆ ਗਿਆ। ਲਾ ਕਹਿੰਦੇ ਕਾਲੂ ਦੀ ਰੇਡ ਪਈ ਹੋਈ ਆ ਕਿ ਸੁੱਖੀ ਲੋਕੋ ਸ਼ੇਰਾਂ ਦੇ ਦੰਦ ਕੌਣ ਗੁਣਦਾ, ਹੈ ਨੀ ਕੋਈ ਫੀਤਾ
ਫੀਤਾ ਜੋ ਦਲੇਰੀਆਂ ਨੂੰ ਮਿਲਦਾ ਹੈ ਵੀ ਕੋਈ ਫੀਤਾ ਜੋ ਦਲੇਰੀਆਂ ਨੂੰ ਮਿਲਦਾ ਹੈ। ਤਾਂ ਫਾਈਨਲ ਚੱਲ ਰਿਹਾ, ਸਿਰੇ ਵੀ ਟੱਕਰ ਹੈ, ਵੱਡਾ ਇਕੱਠਾ ਕਹਿੰਦੇ ਕਾਲੇ ਸੰਘਿਆਂ ਦੇ ਵਿੱਚ। ਤਾਂ ਕਹਿੰਦੇ ਨਰਿੰਦਰ ਡੋਲੇ ਵਾਲਾ ਰੇਲ ਪਾਉਣ ਦੇ ਲਈ ਵਾਧਾ ਹੋਇਆ। ਕੱਲ ਨੂੰ ਸਰਹਾਲੀ ਦੇ ਵਿੱਚ ਬਲਵਿੰਦਰ ਬਾਸੀ ਹੁਣੀ ਸੱਦਾ ਦੇ ਰਿਹਾ, 19 ਤਰੀਕ ਰੌਣਕਾਂ ਨਿਹਾਲ ਸਿੰਘ ਵਾਲੇ ਦੇ ਵਿੱਚ, ਧੂੜਕੋੜੀਆ ਜੈਲਾ ਸੱਦਾ ਦੇ ਰਿਹਾ, 20 ਤਰੀਕ ਬਾਈਵਾ ਕਰਾਉਂਦੀ ਹੈ, 21 ਤਰੀਕ ਸਰਹਾਲਾ ਲੜਵਾਉਂਦੀ ਹੈ। ਪਰ ਸਾਹਮਣੇ ਉਹ ਮੁਕਾਬਲਾ ਸਖਤ ਨੰਬਰ ਰੇਡਰ ਦਾ ਅਗਨੀ ਰੇਲ ਸਿੰਘ ਦੀ ਰੇਡ ਪਾਉਣੀ। ਕਹਿੰਦੇ ਬੱਬੂ ਸ਼ਾਹ ਭਰੀਆ ਫੇਰ ਆ ਗਿਆ ਕਿ ਜਾਫੀ ਕਰਦੇ ਪਰਖ ਸਦਾ ਰੇਡਰ ਦੀ ਚਾਕੀ ਦੀ, ਉਹ ਪਾਣੀ ਉੱਤੇ ਮਿਲਦੀ ਨਾ ਕਦੀ ਪੈਰ ਤੈਰਾਕੀ ਦੀ, ਕਿ ਸੁਖੀ ਕੁਟਾਰਿਆ ਗੱਲ ਸੱਚੀ ਆਖੀ ਦੀ, ਆਹ ਖੇਡ ਕਬੱਡੀ ਹੁੰਦੀ ਲੋਕੋ ਜ਼ੋਰ, ਆਹ ਚੁਸਤ ਤੇ ਚਲਾਕੀ ਦੀ, ਜ਼ੋਰ ਦੀ ਚੁਸਤੀ ਦੀ ਆਹ ਚਲਾਕੀ ਦੀ ਖੇਡ ਕਬੱਡੀ ਹੈ। ਪਰ ਨੌਜਵਾਨ ਬੱਬੂ ਸ਼ਾਹ ਪਰੀਆ ਰੇਡ ਪਾ ਰਿਹਾ, ਆਹ ਕਾਲਾ ਹਰੀਗੜ੍ਹ ਕਿੰਗਣ ਦਾ, ਇਹ ਹੈ ਕਾਲਾ ਹਰੀਗੜ੍ਹ ਕਿੰਗਣ ਦਾ। ਕੱਲ ਸਰਹਾਰੀ ਦੇ ਵਿੱਚ ਆਹ ਕਹਿੰਦੇ ਇਸੇ ਤਰ੍ਹਾਂ 19 ਤਰੀਕ ਨਿਹਾਲ ਸਿੰਘ ਵਾਲੇ ਦੀ ਧਰਤੀ ਤੇ ਧੂੜਕੋਟੀਆਂ ਜੈਲਾ ਸੱਦਾ ਦੇ ਰਿਹਾ, ਆਹ ਜਿੱਥੇ ਯਾਰੋ ਚਵੇਸ ਬੁੱਝ ਰਿਹਾ, ਆਹ 20 ਤਰੀਕਾਂ ਦੇ ਬਜਦੇ ਕਰਾਉਂਦੀ ਹੈ, 21 ਤਰੀਕ ਸਰਹਾਰ ਅਣਵਾਉਂਦੀ ਹੈ, ਆਹ 23 ਫਰਵਰੀ ਨੂੰ ਜੰਡਿਆਲੇ ਮੰਡਕੀ, ਆਹ 24 ਫਰਵਰੀ ਢੰਡਿਆਂ ਦੇ ਕਬੱਡੀ ਕੱਪ ਦੀ ਹੈ, ਜਿੱਥੇ ਯਾਦੇ ਦਾ ਵੱਡਾ ਮਾਨ ਸਨਮਾਨ ਕੀਤਾ ਜਾਣਾ ਹੈ। ਆਹ ਸੁਰਖਬੀ ਯਾਦੇ ਦਾ ਰਣਜੀਤ ਢੰਡੇ ਵੱਲੋਂ ਵੱਡਾ ਮਾਨ ਸਨਮਾਨ ਕੀਤਾ ਜਾਣਾ ਹੈ। ਆਹ ਕਾਲੂ ਰੇਡ ਪਾ ਰਿਹਾ, ਇਹ ਹੈ ਕਕਰਾਲੇ ਭਾਈਕੇ ਵਾਲਾ ਰੇਡ ਪਾ ਰਿਹਾ, ਤੇ ਜਾਫੀ ਚਾਰ, ਆਹ ਚਾਰ ਦੇ ਵਿੱਚੋਂ ਫੜਿਆ ਗੁੱਟ ਲੱਗਿਆ ਹੋਇਆ ਜ਼ੋਰ, ਇਸ ਸਮੇਂ ਮੁਕਾਬਲਾ ਸਖਤ, ਆਹ ਮੁਕਾਬਲਾ ਸਖਤ ਹੈ, ਮੁਕਾਬਲਾ ਸਖਤ ਹੈ, ਤੇ ਪੁਆਇੰਟ ਸਟੋਪਰ ਦਾ ਹੈ ਵੀ ਰੋਡਿਆਂ ਵਾਲਾ ਕਰਗਲ। ਲੋਕ ਕਹਿੰਦੇ ਨਰਿੰਦਰ ਡੋਲੇ ਵਾਲਾ ਰੇਡ ਪਾਉਣ ਦੇ ਲਈ ਤਿਆਰ ਬਾਰ ਤਿਆਰ ਹੈ। ਉਧਰ ਬੈਂਤਰੇ ਵੀ ਕਹਿੰਦੇ ਅੱਜ ਚੋਟੀ ਦੇ ਜੱਫੇ ਲਾਏ, ਮੁੰਡਾ ਛਾਪੇ ਵਾਲਾ ਵੀ ਬੱਲੇ ਬੱਲੇ ਕਰਵਾ ਗਿਆ ਹੈ। ਰੇਡ ਪਾਉਣ ਦੇ ਲਈ ਨਰਿੰਦਰ ਡੋਲੇ ਵਾਲਾ, ਕਿ ਪੰਜਾਬ ਦਾ ਖਿੱਤਾ ਨਾ ਹੁੰਦਾ ਤੇ ਖੇਡ ਗਰਾਊਂਡ ਨਾ ਹੁੰਦੇ, ਵਿਦੇਸ਼ਾਂ ਵਿੱਚ ਕਿਹਦੇ ਖੇਡਣਾ ਸੀ, ਜੇ ਡਾਲਰ ਪਾਉਣ ਨਾ ਹੁੰਦੇ ਖਿਡਾਰੀਆਂ ਦਾ ਹੌਸਲਾ ਕੌਣ ਵਧਾਉਂਦਾ, ਜੇ ਸਪੋਰਟਰ ਨਾ ਹੁੰਦੇ ਕੌਡੀ ਨੇ ਰੁਲ ਖੁੱਲ ਜਾਣਾ ਸੀ, ਬਈ ਜੇ ਪ੍ਰਮੋਟਰ ਨਾ ਹੁੰਦੇ ਕੌਡੀ ਨੇ ਰੁਲ ਖੁੱਲ ਜਾਣਾ ਸੀ, ਜੇ ਪ੍ਰਮੋਟਰ ਨਾ ਹੁੰਦੇ ਸਾਰੇ ਪ੍ਰਮੋਟਰਾਂ ਦਾ ਸਾਰੇ ਸਪੋਰਟਰਾਂ ਦਾ ਧੰਨਵਾਦ। ਤਾਂ ਉਸ ਸਾਹਮਣੇ ਨੰਬਰ ਜਾਫੀਆਂ ਦਾ ਕਾਲੇ ਦੀ ਰੇਡ ਕਕਰਾਲੀ ਸਾਹਿਬ ਕਰੋ ਗੱਲ, ਨੰਬਰ ਜਾਫੀਆਂ ਦਾ ਤੇ ਕਾਲਾ ਭਾਗਲ ਵਾਲਾ ਰੇਡ ਪਾਉਂਦੀ ਆ ਗਿਆ, ਇਹ ਹੈ ਕਾਲਾ ਭਾਗਲ ਵਾਲਾ ਜਿਹਨੇ ਲੀਗ ਦੇ ਵਿੱਚ ਵੀ ਬਾਅਦ ਚੋਟੀ ਦਾ ਪ੍ਰਦਰਸ਼ਨ ਕੀਤਾ ਹੈ। ਆਹ ਚਰਚੇ ਪੂਰੇ ਹੈ, ਅੱਜ ਗੁਰਦੇਵ ਪੱਪੂ ਪੰਛੀ ਉਹਨਾਂ ਦਾ ਕਬੱਡੀ ਕੱਪ ਹੈ, ਆਹ ਨਾਲ ਕਹਿੰਦੇ ਕਿੰਗ ਸਪੋਰਟਸ ਕਲੱਬ ਸੈਕਰਾਮੈਂਟੋ ਕਲੱਬ ਹੈ, ਜਿਹਨਾਂ ਦੀ USA ਦੇ ਵਿੱਚ ਆਹ ਵੱਡੀ ਕਲੱਬ ਹੈ। ਆਹ ਭਗਲ ਵਾਲੇ ਕਾਲੇ ਦੀ ਰੇਡ ਤੇ ਵੇਖੋ ਸਾਹਮਣੇ ਪੁਆਇੰਟ ਸਟੋਪਰ ਦਾ ਚਹਿਲਾ ਵਾਲਾ ਹਰਜੀਤ ਤਕੜਾ ਜੱਫਾ ਲਾ ਕੇ ਪੈਣ ਦਾ ਵਾਅਦਾ ਕਰ ਗਿਆ ਹੈ। ਪਰ ਅਗਲੀ ਰੇਡ ਪਾਉਣ ਲਈ ਆਹ ਚੁੱਲਾ ਆ ਗਿਆ, ਜਿਹਦਾ ਬਾਪੂ ਕਹਿੰਦੇ ਮੰਡੀਕਰਨ ਬੋਰਡ ਦੀ ਟੀਮ ਲਈ ਖੇਡਿਆ, ਆਹ ਸੁੰਗਰ ਦਾ ਪੁੱਤਰ ਰੇਡ ਪਾ ਰਿਹਾ, ਰਣਜੀਤ ਘੋਲੇ ਦਾ ਪੁੱਤਰ ਜਿਹਦੇ ਚਰਚੇ ਕਰਾਏ ਦੁਨੀਆਂ ਦੇ ਵਿੱਚ, ਆਹ ਮੰਡੀਕਰਨ ਬੋਰਡ ਦੀ ਟੀਮ ਲਈ ਬੱਲੇ ਬੱਲੇ ਕਰਵਾਉਣ ਵਾਲੇ ਦਾ ਪੁੱਤਰ ਰੇਡ ਪਾ ਕੇ ਪੈਣ ਦਾ ਵਾਅਦਾ ਕਰ ਗਿਆ। ਮੈਚ ਸਮਾਪਤ ਹੈ, ਇਸੇ ਨਾਲ ਹੀ ਮੈਚ ਸਮਾਪਤ। ਬੇਨਤੀ ਹੈ ਇੱਥੇ ਬੈਠੇ ਰਹਿਣ ਜਿੱਥੇ ਜਿੱਥੇ।